श्री नानक अंगद गुरु अमरदास पद बंद रामदास अर्जन गुरु वारस हर गोविंद हरि राय हर कृष्ण गुर तेग बहादुर चंद दसवें गोविंद सिंह गुरु नमो चरण अरविंद दसवें अमृत ज्ञान है माणक भगत वैराग श्री गुरु ग्रंथ साहिब उद्गत बंदों पर अनुराग श्री गुरु शब्द तुम्हारे जिन जीते पंच विकार तिन संतन को वंदना सिर चरण पर एकंकार सतगुरु ते प्रसाद सच होए वाहे गुरु जी की फतेह विघ्न विनाशन सोए वाहे गुरु जी की फतेह विघ्न विनाशन सोए सतनाम श्री वाहेगुरु साहिब जी किसते बख्शन जोग नाही अदम अगियत दुर्मत देही पख पाद में हठी कुपत्ता कुल दुख उपजियो अवगत्ता किसते बख्शन जोग नाही वाहेगुरु जी का खालसा वाहेगुरु जी की फतेह परम सम्मान जोग चबर शतर तख्त दे मालक गुरता गदी दे तखत दे सुभाए मान प्रगट गुरां की देह प्रताख हार तन तन सतगुरु श्री गुरु ग्रंथ साहिब महाराज जी दे परम पवित्र हजूरी दे अंदर महाराज दे सजे दीवाना विच हाजरियां भर रहे गुरु प्यारी खालसा साध संगत जी सतगुरां दी अपार बख्शिश होई है जो धन धन श्री गुरु तेग बहादुर साहिब महाराज जी दे परम पवित्र तप अस्थाना दे आपां दर्शन दीदारे प्राप्त हो रहे हैं। महाराज साहिब जी दे अस्थाना दी यात्रा सेवा हाजरी दी दात प्राप्त हुई है नामे पातशाह दी रहमत दा सदका चल रहे लड़ीवार गुर इतिहास कथा विचारा जिस दे विच गुरु हरि साहिब महाराज दे आपां प्रसंग श्रवण कर रहे हैं उह साखी कहण तों पहलां जो अज दा पवित्र दिहाड़ा है जिस दिन धन धन श्री गुरु हरगोबिंद साहिब महाराज सच्चे पातशाह मीरी पीर दे मालक सतगुरां ने श्री अकाल तख्त साहिब दी सिरजना कीती जदों गुरु अर्जन देव महाराज साहिब जी की शहादत हुई सतगुरां की शहीदी तो बाद सहज पाठ गुरु हरगोबिंद साहिब जी ने पंजवें पातशाह दे निमित करवाया जिस दिन भोग पए गुरता गद्दी दे तख्त उपर विराजमान होना सी ते बाबा बुढ़ा साहिब जी ने हुक्म किया कि दो तलवारां लै के आओ मीरी अते पीरी दियां शमशीरां पहनांगे असीं। गुरु हरगोबिंद साहिब महाराज ने दो श्री साहिबां पहनियां सच्चा तख्त सुहायो श्री गुर पाए कै शब बरनी नह जाए कहो क्या गाए कै राव सस भए मलीन सुदरस दिखाए कै श्री गुरु तख्त बिराजै प्रभु ते आए कै मीर अब्दलयो नाथ जस कह बनाए कै
ਜਾਂ ਬਚਨ ਆਉਂਦੇ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੈ ਵਜ਼ੀਰ ਦੀ। ਇਹ ਮੀਰੀ ਪੀਰੀ ਦੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼ਸਤਰ ਧਾਰੇ ਅਤੇ ਜਿਸ ਦਿਨ ਗੁਰਿਆਈ ਗੱਦੀ ਦੇ ਤਖ਼ਤ 'ਤੇ ਬੈਠੇ, ਛੇਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਦੀਵਾਨ ਦੀ ਸਮਾਪਤੀ ਤੋਂ ਬਾਅਦ ਬਾਹਰ ਆ ਕੇ ਜਿੱਥੇ ਮਹਾਰਾਜ ਨੇ ਕੱਚੇ ਬਣੇ ਥੜੇ ਦੇ ਵੀਰ ਆਸਣ ਲਾਇਆ, ਜਿੱਦਾਂ ਅੰਮ੍ਰਿਤ ਛਕਾਉਣ ਲੱਗੇ ਹਾਂ ਪੰਜ ਪਿਆਰੇ ਵੀਰ ਆਸਣ ਲਾਉਂਦੇ ਆ, ਇਵੇਂ ਗੁਰੂ ਹਰਗੋਬਿੰਦ ਸਾਹਿਬ ਵੀਰ ਆਸਣ ਸੱਜ ਗਏ। ਸੰਗਤਾਂ ਦੀਆਂ ਭੇਟਾਵਾਂ ਪ੍ਰਵਾਨ ਕੀਤੀਆਂ ਦੇ ਨਾਲ ਹੁਕਮ ਕੀਤਾ ਵੀ ਅੱਜ ਤੋਂ ਜਿਹਨੇ ਸਾਡੀ ਖੁਸ਼ੀ ਲੈਣੀ ਹੈ ਭਾਈ ਉਹ ਸ਼ਸਤਰ ਭੇਟ ਕਰੋ, ਚੰਗੇ ਤੋਂ ਚੰਗੇ ਘੋੜੇ ਲੈ ਕਰਕੇ ਆਓ, ਗੁਰੂ ਘਰ ਲਈ ਜਵਾਨੀਆਂ ਹਾਜ਼ਰ ਕਰੋ ਅਤੇ ਸਾਡੀ ਅੱਧ ਖੁਸ਼ੀ ਹੋਵੇਗੀ। ਬਹੁਤ ਸੰਗਤ ਸ਼ਸਤਰ ਘੋੜੇ ਲੈ ਕੇ ਆਉਣ ਲੱਗ ਪਈ। ਕਈ ਸੂਰਮਿਆਂ ਨੇ ਆ ਕੇ ਕਿਹਾ ਪਾਤਸ਼ਾਹ ਅਸੀਂ ਤੁਹਾਡੇ ਦਰ ਦੀ ਸੇਵਾ ਕਰਾਂਗੇ, ਇਹ ਸਿਰ ਤੁਹਾਡੇ ਹਾਜ਼ਰ ਹੈ, ਹੋਰ ਅਸੀਂ ਕੋਈ ਘੋੜੇ ਕੋਈ ਸ਼ਸਤਰ ਹਾਜ਼ਰ ਨਹੀਂ ਕਰਨ ਜੋਗੇ। ਕਈਆਂ ਕਿਹਾ ਸਾਨੂੰ ਮਹਾਰਾਜ ਛੇ ਮਹੀਨੇ ਭਾਵੇਂ ਇੱਕ ਪਹਿਨਣ ਵਾਸਤੇ ਕੁੜਤਾ ਮਿਲੇ, ਦੋ ਪਹਿਰ ਦੀ ਰੋਟੀ ਮਿਲ ਜਾਵੇ, ਬਸ ਅੱਠੀ ਪਹਿਰ ਹੀ ਸਾਨੂੰ ਪ੍ਰਸ਼ਾਦਾ ਮਿਲੇ, ਹੋਰ ਕੁਝ ਨਹੀਂ ਚਾਹੀਦਾ, ਅਸੀਂ ਸੇਵਾ 'ਚ ਹਾਜ਼ਰ ਹਾਂ। ਇਵੇਂ ਬੇਅੰਤ ਸੰਗਤਾਂ ਆਉਣ ਲੱਗ ਪਈਆਂ ਤਾਂ ਜਿਵੇਂ ਦਿੱਲੀ ਤਖ਼ਤ ਜਿਸ ਦੇ ਬੈਠੇ ਹੋਏ ਲੋਕ ਭੋਗੀ ਹੋ ਗਏ, ਵਕਾਰੀ ਹੋ ਗਏ, ਬੇਇਨਸਾਫੀਆਂ ਕਰਨ ਲੱਗ ਪਏ, ਧੱਕਾ ਕਰਨ ਲੱਗ ਪਏ, ਉਹਦੇ ਮਹਾਰਾਜ ਸਾਹਿਬ ਨੇ ਬਰਾਬਰ ਅਤੇ ਉਹ ਤੋਂ ਵੀ ਉੱਚਾ ਲੋਕਾਂ ਦੇ ਦੁੱਖ ਸੁੱਖ ਸੁਣਨ ਵਾਸਤੇ ਮਨੁੱਖਾਂ ਦੇ ਭਲੇ ਦੇ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਾ ਮਹਾਰਾਜ ਨੇ ਪ੍ਰਣ ਕੀਤਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਕਹਿੰਦੇ ਆਪ ਅਰਦਾਸ ਕੀਤੀ, ਪਹਿਲਾਂ ਦੋਵੇਂ ਹੱਥ ਜੋੜ ਕੇ ਗੁਰੂ ਨਾਨਕ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਦੇ ਅੱਗੇ ਪੰਜਾਂ ਸਤਿਗੁਰਾਂ ਦਾ ਨਾਮ ਲੈ ਕੇ ਅਰਦਾਸਾਂ ਸੋਧੇ ਆ। ਅਰਦਾਸ ਕਰਕੇ ਪਹਿਲੀ ਹਿੱਟ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦੀ ਨੀਂਹ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਕਰ ਕਮਲਾਂ ਦੇ ਨਾਲ ਰੱਖੀ ਹੈ ਅਤੇ ਉਸ ਤੋਂ ਬਾਅਦ ਆਪ ਇੱਟਾਂ ਫੜਾਉਂਦੇ ਰਹੇ। ਛੇਵੇਂ ਪਾਤਸ਼ਾਹ ਭਾਈ ਗੁਰਦਾਸ ਜੀ ਦੇ ਬਾਬਾ ਬੁੱਢਾ ਸਾਹਿਬ ਜਿਹੜੇ ਪੁਰਾਣੇ ਗੁਰਸਿੱਖ ਸਨ ਜਿਨ੍ਹਾਂ ਨੇ ਸਿੱਖੀ ਕਮਾਈ, ਉਹ ਦੋਵੇਂ ਮਹਾਰਾਜ ਦੇ ਹੁਕਮ ਦੇ ਨਾਲ ਅਕਾਲ ਤਖ਼ਤ ਸਾਹਿਬ ਵਾਲਾ ਥੜਾ ਬਣਾਉਣ ਦੀ ਸੇਵਾ ਕਰਦੇ ਰਹੇ। ਜੈਸਾ ਕਿ ਬਚਨ ਆਉਂਦੇ ਨੇ ਇਤਿਹਾਸ ਵਿੱਚ, ਕਰ ਅਰਦਾਸ ਸ੍ਰੀ ਗੁਰ ਤਹਾਂ ਪੁੰਨ ਪ੍ਰਸ਼ਾਦ ਵਰਤਾਏ, ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੀ ਦੇਗ ਜੋ ਤਿਆਰ ਹੋਈ ਸੀ ਆਨੰਦ ਸਾਹਿਬ ਦਾ ਪਾਠ ਕਰਕੇ ਦੇਗ ਵਰਤਾਈ। ਪ੍ਰਥਮ ਨੀਵ ਸ੍ਰੀ ਗੁਰ ਰੱਖੀ ਅਬਚਲ ਤਖ਼ਤ ਸੁਹਾਏ, ਜਿਹੜਾ ਅਚਲ ਰਹਿਣ ਵਾਲਾ ਤਖ਼ਤ ਹੈ ਉਹਦੀ ਨੀਂਹ ਉਹਦੀ ਇੱਟ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖੀ, ਉਸ ਤੋਂ ਬਾਅਦ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਸਾਹਿਬ ਤਖ਼ਤ ਤਿਆਰ ਕਰਦੇ ਰਹੇ। ਜੈਸਾ ਬਚਨ ਆਉਂਦਾ ਕਿਸੀ ਰਾਜ ਨਹਿ ਹੱਥ ਲਗਾਇਓ ਬੁੱਢੇ ਅਰ ਗੁਰਦਾਸ ਬਣਾਇਓ, ਵੀ ਕਿਸੇ ਵੀ ਰਾਜ ਮਿਸਤਰੀ ਨੇ ਹੱਥ ਨਹੀਂ ਲਾਇਆ। ਬਾਬਾ ਬੁੱਢਾ ਸਾਹਿਬ ਦੇ ਭਾਈ ਗੁਰਦਾਸ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ। ਸਾਧ ਸੰਗਤ ਜੀ, 12 ਫੁੱਟ ਉੱਚਾ ਥੜਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਹਾਰਾਜ ਦੇ ਹੁਕਮ ਦੇ ਨਾਲ ਤਿਆਰ ਹੋਇਆ। ਦਿੱਲੀ ਤਖ਼ਤ ਦੇ ਨਾਲੋਂ 2 ਫੁੱਟ ਵੱਡਾ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਰਚਨਾ ਕੀਤੀ ਅਤੇ ਉਸ ਤਖ਼ਤ ਦੇ ਉੱਤੇ ਸਤਿਗੁਰੂ ਸੁਭਾਏ ਮਾਨ ਹੋ ਗਏ। ਹਾੜ ਵਧੀ ਪੰਚਮੀ 1663 ਬਿਕਰਮੀ ਸੰਮਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦੀ ਆਰੰਭਤਾ ਕੀਤੀ। ਕਈ ਕਵੀਆਂ ਨੇ ਲਿਖਿਆ 2 ਸਾਲਾਂ ਵਿੱਚ ਤਿਆਰ ਹੋਇਆ, ਅਸਲ ਵਿੱਚ ਤਖ਼ਤ ਸਾਹਿਬ ਤਾਂ ਛੇਤੀ ਤਿਆਰ ਹੋ ਗਿਆ, ਜੋ ਉੱਪਰ ਇਮਾਰਤ ਬਣੀ ਉਹ ਬਾਅਦ ਦੇ ਵਿੱਚ ਬਣੀ। ਇਸ 'ਤੇ ਬੈਠ ਕੇ ਸਿੱਖਾਂ ਦੇ ਨਾਲ ਜੋ ਗਰੀਬ ਲੋਕਾਂ ਨਾਲ ਧੱਕਾ ਹੁੰਦਾ ਉਹਨਾਂ ਦੀਆਂ ਫਰਿਆਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਸੁਣਦੇ ਅਤੇ ਉਹਨਾਂ ਦਾ ਉੱਥੇ ਨਿਵਾਰਨ ਕਰਦੇ, ਦੁਨੀਆ ਦੇ ਦੁੱਖ ਦੂਰ ਕਰਨੇ ਆਰੰਭ ਕੀਤੇ। ਇਵੇਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਨਾ ਕੀਤੀ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਐਸੀ ਹੈ ਵੀ ਦੁਨੀਆ ਦੇ ਸਭ ਤਖ਼ਤਾਂ ਨੂੰ ਸਿੱਖ ਠੋਕਰਾਂ ਮਾਰ ਸਕਦੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਦਕਾ।
ਉਹ ਕਹਿੰਦੇ ਜਿੰਨਾ ਚਿਰ ਸਾਡੇ ਕੋਲ ਸ੍ਰੀ ਅਕਾਲ ਤਖਤ ਸਾਹਿਬ ਹੈ, ਜਿੰਨਾ ਚਿਰ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਹਾਂ, ਦੁਨੀਆਂ ਦੇ ਸਾਰੇ ਤਖਤ ਹੇਠਾਂ ਨੇ, ਸਭ ਤਖਤਾਂ ਤੋਂ ਉੱਪਰ ਸ੍ਰੀ ਅਕਾਲ ਤਖਤ ਸਾਹਿਬ ਜੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਰਚਿਆ ਹੈ। ਸਤਿਗੁਰਾਂ ਦੇ ਜੋ ਕੱਲ੍ਹ ਮੀਰੀ ਪੀਰੀ ਦਿਵਸ, ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਰਜਣਾ ਦੇ ਦਿਹਾੜੇ ਪੰਥ ਵੱਲੋਂ ਮਨਾਏ ਜਾ ਰਹੇ ਨੇ, ਆਪ ਸਰਬੱਤ ਸੰਗਤਾਂ ਨੂੰ ਇਹਨਾਂ ਪਾਵਨ ਦਿਹਾੜਿਆਂ ਦੀਆਂ ਲੱਖ ਲੱਖ ਵਧਾਈਆਂ ਹੋਣ। ਆਓ ਮਹਾਰਾਜ ਸਾਹਿਬ ਜੀ ਦੇ ਜੋ ਚੱਲ ਰਹੇ ਪਾਵਨ ਲੜੀਵਾਰ ਇਤਿਹਾਸ ਹਨ, ਉਹਨਾਂ ਦੇ ਵਿੱਚ ਹਾਜ਼ਰੀ ਲਵਾਈਏ। ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਹਜ਼ੂਰ ਸੀਸ ਝੁਕਾਉਂਦਿਆਂ ਹੋਇਆਂ ਰਸਨਾ ਕਰੋ, ਪਵਿੱਤਰ ਸਾਰੀ ਹੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਿਸ ਬਖਸ਼ਣ ਤੇ ਯੋਗ ਨਾ ਇਹੀ ਸਾਧ ਸੰਗਤ ਜੋ ਸਾਖੀ ਚੱਲ ਰਹੀ, ਆਪ ਜੀ ਨੇ ਕੱਲ੍ਹ ਇੱਥੋਂ ਤੀਕਰ ਸੁਣਿਆ ਵੀ ਜਿਵੇਂ ਸਤਵੇਂ ਪਾਤਸ਼ਾਹ ਦੇ ਇਤਿਹਾਸ ਦੇ ਵਿੱਚ ਹੀ ਕਵੀ ਜੀ ਨੇ ਔਰੰਗਜ਼ੇਬ ਦੀ ਕਥਾ ਕਹੀ ਹੈ, ਜਿਵੇਂ ਉਹਨੇ ਕਈ ਫਕੀਰਾਂ ਨੂੰ ਕਤਲ ਕੀਤਾ, ਹਿੰਦੂਆਂ ਦੇ ਧਾਰਮਿਕ ਸਥਾਨ ਢਾਏ, ਫਿਰ ਕਾਜ਼ੀਆਂ ਨੇ ਕਿਹਾ ਵੀ ਗੁਰੂ ਹਰਿ ਸਾਹਿਬ ਨੂੰ ਇੱਥੇ ਲੈ ਕੇ ਆਓ, ਦਾਰਾ ਸ਼ਿਕੋਹ ਦੀ ਮਦਦ ਕਰਦੇ ਸਨ, ਉਹਨਾਂ ਕੋਲ ਸ਼ਕਤੀਆਂ ਵੇਖੀਏ। ਚਿੱਠੀ ਭੇਜੀ ਮਹਾਰਾਜ ਨੂੰ, ਇੱਥੇ ਆਓ। ਸਤਿਗੁਰੂ ਕਹਿੰਦੇ ਅਸੀਂ ਕੋਈ ਤੇਰਾ ਦੇਣਾ ਤੇਰੇ ਕੋਲ ਆਈਏ, ਨਾ ਅਸੀਂ ਤੇਰਾ ਕੋਈ ਟੈਕਸ ਦੇਣਾ, ਨਾ ਤੇਰੇ ਅਸੀਂ ਰਾਜ ਦੇ ਅਧੀਨ, ਨਾ ਤੇਰੇ ਨਾਲ ਕੋਈ ਸਾਡੀ ਸਾਂਝ, ਤੇਰੇ ਕਹੇ ਦੇ ਅਸੀਂ ਕਿਉਂ ਦਿੱਲੀ ਆਈਏ। ਬੜਾ ਔਖਾ ਹੋਇਆ, ਮਹਾਰਾਜ ਨੂੰ ਫੜਨ ਲਈ ਜਾਂ ਜੰਗ ਕਰਨ ਲਈ ਕੁਝ ਭੇਜੇ ਸਿਪਾਹੀ। ਉਹ ਪਹਿਲਾ ਜਰਨੈਲ ਹੈਜੇ ਨਾਲ ਮਾਰਿਆ ਗਿਆ ਕੱਚਾ ਮਾਸ ਖਾ ਕੇ, ਫਿਰ ਦੋ ਤਿੰਨ ਆਏ, ਕੋਈ ਨਾ ਕੋਈ ਵਿਘਨ ਪਿਆ, ਉਹਨਾਂ ਨੂੰ ਵੀ ਵਾਪਸ ਮੁੜਨਾ ਪਿਆ। ਕਾਜ਼ੀ ਮੁਲਾਣਿਆ ਗਿਆ ਵੀ ਤੁਸੀਂ ਸਖਤੀ ਦੇ ਔਰੰਗਜ਼ੇਬ ਪਾਤਸ਼ਾਹ ਜੀ ਸ਼ਬਦ ਨਾ ਕਹੋ, ਬੇਨਤੀ ਦੇ ਸ਼ਬਦ ਕਹਿ ਕੇ ਗੁਰੂ ਨੂੰ ਸੱਦ ਲਓ, ਇੱਕ ਘਰ ਆ ਜਾਣ, ਫਿਰ ਆਪਣੀ ਮਾਨਿਆਈ ਕਰਾਂਗੇ। ਅਤੇ ਇਸ ਤਰ੍ਹਾਂ ਹੀ ਕੀਤਾ। ਔਰੰਗਜ਼ੇਬ ਨੇ ਮਹਾਰਾਜ ਸਾਹਿਬ ਜੀ ਨੂੰ ਕਿਹਾ ਵੀ ਆਪ ਜੀ ਆਓ, ਤੁਹਾਡੇ ਦਰਸ਼ਨ ਕਰਨੇ ਆ, ਕੁਝ ਕਰਾਮਾਤਾਂ ਵੇਖੀਏ। ਚਿੱਠੀ ਆਈ, ਦੂਤ ਨੇ ਪੜ੍ਹ ਕੇ ਸੁਣਾਈ। ਸਤਿਗੁਰਾਂ ਨੇ ਬੇਦੀ ਭੱਲੇ ਤ੍ਰੇਹਣ ਇਹਨਾਂ ਕੁੱਲਾਂ ਦੇ ਸੋਢੀ ਬੰਸ ਦੇ ਸਾਹਿਬਜ਼ਾਦੇ ਇਕੱਠੇ ਕਰ ਲਏ, ਗੁਰਮਤਾ ਕੀਤਾ ਵੀ ਕਿਵੇਂ ਕਰਨਾ ਚਾਹੀਦਾ ਹੈ, ਵੀ ਕੌਣ ਜਾਵੇਗਾ ਤੁਹਾਡੇ ਚੋਂ, ਕਿਉਂਕਿ ਅਸੀਂ ਨਹੀਂ ਜਾਣਾ, ਅਸੀਂ ਉਹਦੇ ਮੱਥੇ ਨਹੀਂ ਲੱਗਣਾ, ਉਹ ਪਾਪੀ ਦੇ ਦੁਸ਼ਟ ਦੇ, ਉਹਨੂੰ ਆਪਣੇ ਦਰਸ਼ਨ ਨਹੀਂ ਦੇਣੇ, ਬੜਾ ਵੱਡਾ ਪਾਪੀ ਹੈ, ਆਪਣੇ ਉਹਨੇ ਸੰਤਾਂ ਦਾ ਕਤਲ ਕੀਤਾ ਹੈ, ਧਾਰਮਿਕ ਸਥਾਨ ਢਾਉਂਦਾ ਹੈ ਦੂਜੇ ਧਰਮਾਂ ਦੇ ਲੋਕਾਂ ਦੇ, ਫਿਰ ਉਹ ਐਡਾ ਨੀਚ ਹੈ, ਉਹਨੇ ਆਪਣਾ ਬਾਪ ਮਾਰਿਆ ਹੈ, ਆਪਣੇ ਭਰਾ ਮਾਰੇ ਨੇ, ਅਸੀਂ ਮੱਥੇ ਨਹੀਂ ਲੱਗਣਾ। ਬਾਕੀ ਬੇਦੀ ਭੱਲੇ ਤ੍ਰੇਹਣ ਸੋਢੀਆਂ ਨੇ ਵੀ ਇਹੀ ਕਿਹਾ, ਮਹਾਰਾਜ ਉਹਨਾਂ ਦੇ ਸਰਮਦ ਵਰਗੇ ਫਕੀਰ ਨੂੰ ਨਹੀਂ ਛੱਡਿਆ ਜਿਹੜਾ ਐਡਾ ਮੁਸਲਮਾਨਾਂ 'ਚੋਂ ਅਤੇ ਬੰਦਗੀ ਵਾਲਾ, ਉਹ ਹੋਰ ਕਦੇ ਆਖੋ ਦੇ ਚਲੇ ਜਾਂਦੇ, ਉੱਥੇ ਸਾਡੇ ਵੱਸ ਦੀ ਗੱਲ ਨਹੀਂ ਹੈ ਜਾਣਾ, ਇਹ ਤੁਸੀਂ ਕਿਰਪਾ ਕਰੋ, ਕੋਈ ਖੇਡ ਵਰਤਾਓ। ਇਸ ਤਰ੍ਹਾਂ ਦੇ ਬਚਨ ਬਿਲਾਸ ਮਹਾਰਾਜ ਗੁਰੂ ਹਰਿ ਸਾਹਿਬ ਨਾਲ ਹੋਏ ਨੇ। ਇੱਥੋਂ ਤੀਕਰ ਆਪ ਜੀ ਨੇ ਕੱਲ੍ਹ ਪ੍ਰਸੰਗ ਸਰਵਣ ਕੀਤੇ, ਅਤੇ ਕਵੀ ਜੀ ਕਹਿੰਦੇ ਜਦੋਂ ਉਹਨਾਂ ਨੇ ਮਹਾਰਾਜ ਗੁਰੂ ਹਰਿ ਸਾਹਿਬ ਜੀ ਨੂੰ ਕਿਹਾ ਕਿ ਅਸੀਂ ਨਹੀਂ ਸਤਿਗੁਰੂ ਜਾ ਸਕਦੇ, ਹੋਰ ਕੋਈ ਕਾਰਜ ਹੋਏ ਤਾਂ ਅਸੀਂ ਕਰਾਂਗੇ, ਉਹ ਤਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਗੁਰੂ ਸਾਹਿਬ ਕਹਿੰਦੇ ਵੀ ਦਰਸ਼ਨ ਅਸੀਂ ਵੀ ਨਹੀਂ ਦੇਣੇ, ਕਿਉਂਕਿ ਕਿਸ ਦੇ ਬਖਸ਼ਣ ਯੋਗ ਨਾ ਹੀ, ਕਿਸੇ ਤਰ੍ਹਾਂ ਕਰਕੇ ਵੀ ਬਖਸ਼ਣ ਯੋਗ ਨਹੀਂ ਹੈ। ਔਰੰਗਜ਼ੇਬ ਐਸਾ ਪਾਪੀ ਹੈ, ਐਸਾ ਦੁਸ਼ਟ ਹੈ ਵੀ ਇਹਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ। ਅਦਮ ਅਗਿਆਤ ਦੁਰਮਤ ਤੇਹੀ, ਅਦਮ ਹੁੰਦਾ ਹੈ ਨੀਚ, ਔਰੰਗਜ਼ੇਬ ਬੜਾ ਨੀਚ ਹੈ, ਨੀਚ ਹੋਣ ਦੇ ਨਾਲ ਨਾਲ ਅਗੀ ਵੱਡਾ ਪਾਪੀ ਹੈ। ਅਦ ਦੁਰਮਤ ਤੇਹੀ, ਤੇ ਬਹੁਤ ਹੀ ਦੁਰਮਤ ਜਾਂ ਭੈੜੀ ਬੁੱਧ ਮਾੜੀ ਅਕਲ ਵਾਲਾ ਹੈ ਔਰੰਗਜ਼ੇਬ। ਪੱਖਪਾਤ ਮੈਂ ਹਠੀ ਕੁਪੱਤਾ, ਫਿਰ ਪੱਖਪਾਤ ਬੜਾ ਕਰਦਾ ਹੈ, ਵੀ ਜਿਹੜਾ ਤੇ ਤੁਰਕ ਬਣੇ ਉਹਦਾ ਪੱਖ ਕਰਦਾ, ਦੂਸਰਿਆਂ ਦੇ ਨਾਲ ਝਗੜਾ ਕਰਦਾ ਹੈ, ਭਾਵ ਕਿ ਇਸਲਾਮ ਧਾਰਨ ਕਰਨ ਵਾਲਿਆਂ ਦੀ ਮਦਦ ਕਰਦਾ ਹੈ, ਦੂਜੇ ਧਰਮਾਂ ਦੇ ਲੋਕਾਂ ਨੂੰ ਸਤਾਉਂਦਾ ਦੁੱਖ ਦਿੰਦਾ, ਬੜਾ ਹਠੀ, ਬੜਾ ਹੀ ਕੁਪੱਤਾ, ਖੋਟੀ ਇੱਜ਼ਤ ਵਾਲਾ ਏ। ਕੁੱਲ ਦੁੱਖ ਉਪਜਿਓ ਚਵ ਗੱਤਾ, ਫਿਰ ਆਪਣੀ ਕੁੱਲ ਦੇ ਵਿੱਚ
कहिंदे वी कुल नूं दुखी करन वाला है, जिहने अपने भरा अपना बाप मारता अपनी कुल नूं दुखी करन वाला उपजियो चवगत्ता। ਚਵਗੱਤਿਆਂ ਦੀ ਗੋਤ ਦੇ ਵਿੱਚ ਇਹੋ ਰੰਗ ਜੇ ਪੈਦਾ ਹੋਇਆ ਮੁਸਲਮਾਨ। ਇਤੇ ਗਇਓ ਨਾ ਕੋ ਤਿਸ ਤੀਰ, ਫਿਰ ਪੜੋ ਚੰਗੀ ਤਰ੍ਹਾਂ। ਇਤੇ ਗਇਓ ਨਾ ਕੋ ਤਿਸ ਤੀਰ, ਇਤੇ ਗਇਓ ਨਾ ਕੋ ਤਿਸ ਤੀਰ। ਗੁਰੂ ਹਰਿ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਇਧਰੋਂ ਕੋਈ ਵੀ ਜੇ ਉਹ ਰੰਗ ਜੇਬ ਦੇ ਕੋਲ ਨਾ ਗਿਆ, ਜੇ ਕਿਸੇ ਨੂੰ ਅਸੀਂ ਨਾ ਭੇਜਿਆ, ਜੇ ਕੋਈ ਦਿੱਲੀ ਦੇ ਵਿੱਚ ਪਹੁੰਚ ਕੇ ਉਹਦੇ ਨਾਲ ਕੋਈ ਗੱਲਬਾਤ ਕਿਸੇ ਨੇ ਨਾ ਕੀਤੀ, ਬੜੇ ਅਧੀਰਜ ਵਿੱਚ ਆ ਕੇ ਮੂੜ ਮੂਰਖ ਜਿਹੜਾ ਔਰੰਗਜ਼ੇਬ ਹੈ, ਖਾਲਸਾ ਸੰਗਤ ਜੀ ਗੁਰਸਿੱਖ ਪਿਆਰਿਓ, ਜੇ ਅਸੀਂ ਕਿਸੇ ਨੂੰ ਨਾ ਭੇਜਿਆ ਤਾਂ ਉਹ ਮੂਰਖ ਅਧੀਰਜ ਦਾ ਦੇ ਸਹਿਤ ਆ ਜਾਊਗਾ, ਸੜ ਬਲ ਜਾਊਗਾ, ਬੜਾ ਗੁੱਸਾ ਕਰੇਗਾ। ਚਲੋ ਫਿਰ ਅਸੀਂ ਤਾਂ ਇਹੀ ਕਰ ਸਕਦੇ ਹਾਂ ਨਾ, ਜੇ ਤੁਹਾਡੇ ਦੇ ਵਿੱਚੋਂ ਕੋਈ ਵੀ ਨਹੀਂ ਜਾ ਸਕਦਾ ਚੌਹਾਂ ਬੰਸਾਂ ਦੇ ਸਾਹਿਬਜ਼ਾਦਿਆਂ ਚੋਂ, ਵੀ ਉਹ ਸਾਡੇ ਨਾਲ ਜੰਗ ਕਰਨ ਵਾਸਤੇ ਫੌਜ ਭੇਜੇਗਾ ਦਿੱਲੀ ਤੋਂ, ਆਪਣੀ ਫੌਜ ਦਾ ਬਲ ਵਿਖਾ ਕੇ ਹੰਕਾਰ ਕਰੇਗਾ ਔਰੰਗਜ਼ੇਬ। ਅਸੀਂ ਵੀ ਫਿਰ ਮਹਾਰਾਜ ਕਹਿੰਦੇ ਢਿੱਲ ਨਹੀਂ ਕਰਾਂਗੇ, ਜੇ ਫੌਜ ਭੇਜੂਗਾ ਨਿਸ਼ੰਗ ਨਿਡਰ ਹੋ ਕੇ ਉਹਦੇ ਨਾਲ ਕੀਰਤਪੁਰ ਸਾਹਿਬ ਤੋਂ ਬਾਹਰ ਨਿਕਲ ਕੇ ਜੰਗ ਯੁੱਧ ਕਰਾਂਗੇ। ਉਮਰ ਤੀਰਨ ਤਬਰ ਤੁਫੰਗੈ, ਭਾਵੇਂ ਉਹਦੇ ਵਿੱਚ ਜਿੰਨੇ ਮਰਜ਼ੀ ਵਰਸ਼ੇ ਬੰਦੂਕਾਂ ਤੀਰ ਨੇਜੇ ਜੋ ਵੀ ਚਲਾਉਣਾ ਪਿਆ ਅਸੀਂ ਉਹੀ ਚਲਾਵਾਂਗੇ। ਔਰੰਗਜ਼ੇਬ ਦੀਆਂ ਫੌਜਾਂ ਦਾ ਮੂੰਹ ਮੋੜ ਦੇਵਾਂਗੇ ਜੇ ਆ ਗਏ ਚੜ ਕਰਕੇ ਜੰਗਲ ਦੇਸ਼ ਕਰੇ ਚੱਲ ਡੇਰਾ। ਦੇਖੋ ਔਰੰਗਜ਼ੇਬ ਦੀ ਫੌਜ ਦੇ ਨਾਲ ਜੰਗ ਯੁੱਧ ਕਰਾਂਗੇ, ਫਿਰ ਹੋਰ ਜੇ ਗਾਂਹ ਫੌਜਾਂ ਭੇਜੂਗਾ, ਫਿਰ ਜੁਗਤੀ ਨਾਲ ਲੜਨ ਦੇ ਵਾਸਤੇ ਅਸੀਂ ਕੀਰਤਪੁਰ ਛੱਡ ਕੇ ਜਿਹੜਾ ਜੰਗਲ ਦੇਸ਼ ਹੈ ਭਾਵ ਮਾਲਵੇ ਦੀ ਧਰਤੀ ਦੇ ਵਿੱਚ ਜਾ ਕੇ ਆਪਣਾ ਡੇਰਾ ਲਾ ਲਵਾਂਗੇ। ਸਭ ਸੁੱਖ ਕੋ ਪਾਵੈ, ਉੱਥੇ ਮਹਾਰਾਜ ਸਾਹਿਬ ਕਹਿੰਦੇ ਵੀ ਸਭ ਸੁੱਖਾਂ ਦੇ ਸਹਿਬ, ਅਸੀਂ ਤਾਂ ਫਿਰ ਉੱਥੇ ਆਪਣਾ ਸਮਾਂ ਲੰਘਾਈ ਜਾਵਾਂਗੇ। ਜੰਗਲ ਦੇਸ਼ ਜਿਸ ਥਲ ਇਨਕੋ ਬਸ ਨਾ ਬਸਾਵੈ, ਕਿਉਂਕਿ ਜੰਗਲ ਦੇਸ਼ ਐਸਾ ਇਲਾਕਾ ਏ ਉੱਥੋਂ ਦੇ ਅਸੀਂ ਭੇਤੀ ਆ, ਪਰ ਇਹਨਾਂ ਮੁਗਲਾਂ ਦਾ ਇਹਨਾਂ ਤੁਰਕਾਂ ਦਾ ਵਸ ਕੋਈ ਨਹੀਂ ਚੱਲਣਾ, ਜੇ ਉੱਥੇ ਚੜ੍ਹ ਕੇ ਆਉਣਗੇ ਤਾਂ ਹਾਰ ਕੇ ਜਾਣਗੇ। ਸਭਾ ਸਦ ਸ਼ੁਭ ਮਤ ਸਾਰੇ, ਜਿੰਨੀ ਵੀ ਸਭਾ ਮਹਾਰਾਜ ਦੇ ਹਜ਼ੂਰ ਸਾਰੇ ਸਾਹਿਬਜ਼ਾਦੇ ਬੇਦੀਆਂ ਦੇ ਤਰੇਹਣ ਭੱਲੇ ਸੋਢੀਆਂ ਦੇ ਬੈਠੇ ਸਨ, ਹੋਰ ਸਿੱਖ ਸਿਆਣੇ, ਉਹਨਾਂ ਜਦੋਂ ਮਹਾਰਾਜ ਦਾ ਐਸਾ ਬਚਨ ਸੁਣਿਆ ਵੀ ਜੇ ਨਹੀਂ ਕੋਈ ਜਾਂਦਾ ਤੇ ਫਿਰ ਅਸੀਂ ਜੰਗ ਕਰਨ ਨੂੰ ਤਿਆਰ ਹਾਂ ਜੇ ਔਰੰਗਜ਼ੇਬ ਫੌਜ ਭੇਜੇਗਾ। ਸ੍ਰੀ ਗੁਰੂ ਸੰਪੂਰਨ ਬਚਨ ਉਚਾਰੇ, ਸ੍ਰੀ ਸ਼੍ਰੋਮਣੀ ਸਤਿਗੁਰੂ ਹਰਿ ਸਾਹਿਬ ਜੀ ਦੇ ਨਾਲ ਸਾਰੀਆਂ ਕੁਲਾਂ ਦੇ ਸਾਹਿਬਜ਼ਾਦੇ ਬੰਸਾਂ ਦੇ ਕਹਿਣ ਲੱਗੇ, ਆਪ ਕਰੈ ਸੋਈ ਸ਼ੁਭ ਸਨੈ। ਮਹਾਰਾਜ ਜੀ ਉਹ ਆਪ ਕਰੈ ਸੋਈ ਸ਼ੁਭ ਸਨੈ, ਵੀ ਜੋ ਵੀ ਗੁਰੂ ਹਰਿ ਸਾਹਿਬ ਜੀ ਆਪ ਜੀ ਕਰੋਗੇ ਜਾਂ ਕਰਦੇ ਉਹ ਸ੍ਰੇਸ਼ਟਤਾ ਦੇ ਸਹਿਤ ਹੈ, ਭਾਵ ਸਭ ਤੋਂ ਉੱਤਮ ਸਭ ਤੋਂ ਜੋਗੀ ਕਰੋਗੇ ਜੋ ਵੀ ਤੁਸੀਂ ਕਰੋਗੇ, ਹੋਏ ਜੋ ਅਮੰਗਲ ਮੰਗਲ ਬਣੈ, ਕਿਉਂਕਿ ਤੁਹਾਡੇ ਜੈਸੀ ਸ਼ਕਤੀ ਹੈ ਜੋ ਅਮੰਗਲ ਹੋਵੇ ਜਿਹੜਾ ਦੁੱਖ ਦਾ ਜਾਂ ਮਾੜਾ ਸਮਾਂ ਹੋਵੇ ਉਹਨੂੰ ਵੀ ਤੁਸੀਂ ਖੁਸ਼ੀਆਂ ਤੇ ਖੇੜਿਆਂ ਵਾਲਾ ਮੰਗਲ ਦਾ ਹੀ ਸਮਾਂ ਬਣਾ ਸਕਦੇ ਹੋ, ਬਣਾ ਦਿੰਦੇ ਹੋ। ਪਰ ਫੇਰ ਵੀ ਹੇ ਮਹਾਰਾਜ ਸਾਡੀ ਬੇਨਤੀ ਹੈ, ਤੁਸੀਂ ਕਰ ਤਾਂ ਸਭ ਕੁਝ ਚ ਸਕਦੇ ਹੋ ਸਮਰੱਥ, ਪਰ ਸਾਡੇ ਸਾਰਿਆਂ ਦੇ ਮਨ ਚ ਇਵੇਂ ਆਉਂਦੀ, ਅਸੀਂ ਇਵੇਂ ਸਲਾਹ ਕੀਤੀ ਆਪਸ ਵਿੱਚ, ਰੱਖੋ ਸੋਤ ਇਹੀ ਬਣਿਆ ਵੈ। ਮਹਾਰਾਜ ਜਿਵੇਂ ਤੁਹਾਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਸੀ ਵੀ ਤੁਸੀਂ ਏਦਾਂ ਹੀ ਸਮਾਂ ਲੰਘਾਉਣਾ ਹੈ, ਤਿਆਰ ਪਰ ਤਿਆਰ ਤਾਂ ਰਹਿਣਾ ਪਰ ਜੰਗ ਨਹੀਂ ਕਰਨੀ ਸਰਕਾਰਾਂ ਨਾਲ, ਇਹ ਸਮਾਂ ਏਦਾਂ ਹੀ ਪ੍ਰਚਾਰ ਕਰਨ ਤੇ ਲੰਘਾਓ ਸਿੱਖੀ ਦਾ, ਤੇ ਅਸੀਂ ਵੀ ਇਹੀ ਚਾਹੁੰਦੇ ਹਾਂ ਮਹਾਰਾਜ ਜੀ ਉਹ ਜਿਵੇਂ ਵੀ ਹੋ ਸਕੇ ਹਾਲਾਂ ਜੰਗ ਯੁੱਧ ਤਿਕਰ ਗੱਲ ਤੁਸੀਂ ਔਰੰਗਜ਼ੇਬ ਦੇ ਨਾਲ ਨਾ ਜਾਣ ਦੇਵੋ। ਕੀਰਤਪੁਰ ਮਹਾਰਾਜ ਡੇਰਾ, ਤੇ ਆਪ ਜੀ ਕੀਰਤਪੁਰ ਸਾਹਿਬ ਦੇ ਵਿੱਚ ਹੀ ਡੇਰਾ ਰੱਖ ਕੇ ਇੱਥੇ ਹੀ ਬਿਰਾਜਮਾਨ ਰਹੋ, ਹਾਲਾਂ ਮਾਲਵੇ 'ਚ ਜਾਣ ਦਾ ਨਾ ਸੋਚੋ। ਪਿਤਾ ਪਿਤਾ ਮੈਂ ਜਹਾਂ ਬਸੇਰਾ, ਜਿੱਥੇ ਤੁਹਾਡੇ ਪਿਤਾ ਸ਼੍ਰੀ ਬਾਬਾ ਗੁਰਦਿੱਤਾ ਜੀ ਵੱਸਦੇ ਰਹੇ, ਉਹਨਾਂ ਨੇ ਕਿੱਡਾ ਸੋਹਣਾ ਇਹ ਨਗਰ ਵਸਾਇਆ,
फिर तुहाडे दादा सतगुरु हरगोबिंद साहिब जी भी इत्थे आण के वसे। श्री हरगोबिंद तजियो श्री, देखो श्री पतालपुरी जो पावन स्थान है, इत्थे गुरु हरगोबिंद साहिब जी ने अपना पवित्र शरीर, अपनी पवित्र देही दा भी इत्थे त्याग कीता है। श्री बाबा गुरदित्ता ती, श्री बाबा गुरदित्ता जी दा भी वेखो उच्ची पहाड़ी दे स्थान बनिया, तुहाडे पिता सतगुरु भी इत्थे सचखंड नूं गए हन। त्रेहण कुल दे साहिबजादे कहिंदे साडी दा इही इच्छा ए वी महाराज तुसीं शुभ रीति नाल हर तरह करके सुखां दे सहत ਇੱਥੇ ਕੀਰਤਪੁਰ ਸਾਹਿਬ ਹੀ ਨਿਵਾਸ ਰੱਖੋ। ਸਤਿਗੁਰੂ ਕੋਲ ਚਰੇ ਦੇਸ਼, ਦੇਖੋ ਇੱਕ ਤਾਂ 100 ਲਹਿਰਾਂ ਵਾਲਾ ਸਤਦਰਵ ਸਤਲੁਜ ਦਰਿਆ ਦਾ ਕੰਢਾ, ਇਹਦੇ ਬੜਾ ਰੁਚਰ ਬੜਾ ਸੁੰਦਰ ਰਹਿਣ ਦੇ ਅਨੁਕੂਲ ਮਨ ਦੀ ਖੁਸ਼ੀ ਵਾਲਾ ਡੇ ਅਸਥਾਨ ਹੈ। ਇੱਕ ਪਾਸੇ ਵੇਖੋ ਮਹਾਰਾਜ 15 ਇਲਾਕਾ ਇਹ ਸਤਲੁਜ ਵਹਿ ਰਿਹਾ ਹੈ, ਹਰਿਆਵਲ ਦਾ ਇਹ, ਦੂਜੇ ਪਾਸੇ ਉੱਚੇ ਉੱਚੇ ਪਹਾੜ ਗਗਨ ਚੁੰਬੀ ਅਸਮਾਨ ਦੇ ਨਾਲ ਜਿਵੇਂ ਛੂੰਹਦੇ ਹੋਣ, ਐਡੇ ਉੱਚੇ ਉੱਚੇ ਪਹਾੜ ਸੋਹਣੇ ਫੱਬ ਰਹੇ ਹਨ। ਸੁੰਦਰ ਸਭ ਵਾਹਨ ਕਾਰਨ, ਫਿਰ ਜਿੰਨੇ ਵੀ ਵਾਹਨ ਨੇ ਭਾਵ ਸਭ ਵਾਹਨ, ਜਿਵੇਂ ਹਾਥੀ ਘੋੜੇ ਆਦਿਕ ਜਿੰਨੇ ਵੀ ਪਸ਼ੂ ਪੰਛੀ ਹੋਰ ਤੁਸੀਂ ਰੱਖੇ ਨੇ, ਉਹਨਾਂ ਸਾਰਿਆਂ ਦੀ ਖੁਰਾਕ ਦੇ ਲਈ ਇੱਥੇ ਘਾਹ ਕਿੱਡਾ ਸੋਹਣਾ ਮਹਾਰਾਜ ਜੀ ਹਰ ਸਮੇਂ ਹਰ ਰੁੱਤ ਵਿੱਚ ਉੱਗਦਾ ਏ। ਫਲ ਕਈ ਤਰ੍ਹਾਂ ਦੇ ਫਲ ਨੇ ਜਿਹੜੇ ਤੁਸੀਂ ਇੱਥੇ 52 ਬਾਗ ਲਵਾਏ ਨੇ, ਕਿਉਂਕਿ ਗੁਰੂ ਹਰਿ ਸਾਹਿਬ ਜੀ ਨੇ 52 ਇੱਥੇ ਬਾਗ ਲਵਾਏ ਸਨ ਕੀਰਤਪੁਰ ਸਾਹਿਬ, ਅਤੇ ਇਹਦੇ ਵਿੱਚ ਮਹਾਰਾਜ ਜੀ ਫਲ ਕਿੱਡੇ ਸੋਹਣੇ ਨੇ, ਦਾਲ ਫਿਰ ਪੱਤੇ ਕਿੱਡੇ ਸੋਹਣੇ ਹਨ, ਤਰ੍ਹਾਂ ਤਰ੍ਹਾਂ ਦੇ ਕਿਸਮਾਂ ਦੇ ਦਰਖਤ ਨੇ, ਫੁੱਲ ਫੁੱਲਾਂ ਦੇ ਨਾਲ ਬਗੀਚੇ ਮਹਿਕ ਰਹੇ ਨੇ, ਬਾਹਰ ਪਾਣੀ ਕਿੰਨਾ ਸੋਹਣਾ ਹੈ, ਜਾਂ ਬਾਹਰ ਬਗੀਚੇ ਆਦਿ ਕਿੱਡੇ ਸੋਹਣੇ ਲੱਗੇ ਹੋਏ ਨੇ ਵਿਸਥਾਰ ਦੇ ਸਹਿਤ। ਸਾਈਂ ਗੁਰੂ ਹਰਿ ਸਾਹਿਬ ਜੀ ਐਡਾ ਸੋਹਣਾ ਥਾਂ ਆਪਣੇ ਵੱਡਿਆਂ ਵਡੇਰਿਆਂ ਦਾ, ਕਿਉਂ ਤੁਸੀਂ ਤਿਆਗਣ ਦੀ ਇੱਛਾ ਕੀਤੀ ਹੈ ਵੀ ਅਸੀਂ ਤਿਆਗ ਕੇ ਜੰਗਲ ਦੇਸ਼ ਚਲੇ ਜਾਵਾਂਗੇ? ਬਹੁਤਾ ਨੁਕਸਾਨ, ਬਹੁ ਨੁਕਸਾਨ ਜੇ ਵਧ ਹੈ ਲੜਾਈ, ਜੇ ਲੜਾਈ ਝਗੜਾ ਵੱਧ ਗਿਆ ਤੇ ਬੜਾ ਭਾਰੀ ਨੁਕਸਾਨ ਹੋਵੇਗਾ। ਜਾਣਦੇ ਹਮ ਸਭ ਹਨ ਕੀ ਮਰਜ਼ੀ, ਇਸ ਕਰਕੇ ਮਹਾਰਾਜ ਸਾਹਿਬ ਜੀ ਨੂੰ ਸਭ ਸਿੱਖ ਬੇਦੀ ਤ੍ਰੇਹਣ ਭੱਲੇ ਸੋਢੀਆਂ ਦੇ ਸਾਹਿਬਜ਼ਾਦੇ ਉਹਨਾਂ ਦੇ ਬੰਸ਼ ਦੇ ਲੋਕ ਕਹਿੰਦੇ ਸਾਡੀ ਮਰਜ਼ੀ ਸਾਡੀ ਇੱਛਾ ਅਰਦਾਸ ਤਾਂ ਇਹੀ ਏ। ਸਿੱਖ ਸੇਵਕ ਸੁਪਟਨ ਕੀ ਅਰਜ਼ੀ, ਜਿੰਨੇ ਵੀ ਮਹਾਰਾਜ ਤੁਹਾਡੇ ਸਿੱਖ ਨੇਤ ਆਉਂਦੇ ਨੇ, ਜਿੰਨੇ ਸੇਵਕ ਹਜ਼ੂਰੀ 'ਚ ਰਹਿਣ ਵਾਲੇ ਨੇ ਸੁਪਟਨ, ਜਿੰਨੇ ਵੀ ਸ਼ਸਤਰਧਾਰੀ ਸੂਰਮੇ ਨੇ, ਸਭ ਅਰਦਾਸ ਇਹੀ ਕਰਨਾ ਚਾਹੁੰਦੇ ਹਨ। ਰੱਖੋ ਸੂਤ ਨਾ ਤਿਆਗੋ ਦੇਸ਼, ਇੱਕ ਤਾਂ ਮਹਾਰਾਜ ਤੁਸੀਂ ਜੰਗ ਤਿਕਰ ਗੱਲ ਹਾਲੇ ਨਾ ਜਾਣ ਦਿਓ, ਔਰੰਗਜ਼ੇਬ ਨਾਲ ਸੂਤ ਰੱਖੋ, ਅਤੇ ਦੂਸਰਾ ਮਹਾਰਾਜ ਜੀ ਉਹ ਨਾ ਹੀ ਇਸ ਕੀਰਤਪੁਰ ਸਾਹਿਬ ਨੂੰ ਇਸ ਪਹਾੜੀ ਦੇਸ਼ ਇਲਾਕੇ ਨੂੰ ਤਿਆਗ ਕੇ ਜਾਣਾ ਕਰੋ, ਇਹ ਸਭ ਚਾਹੁੰਦੇ ਹਨ। ਸਭ ਕਿਛ ਤੁਮਰੇ ਹੱਥ ਵਿਸ਼ੇਸ਼, ਬਾਕੀ ਮਹਾਰਾਜ ਸਾਡਾ ਤੇ ਕਹਿਣਾ ਹੀ ਬਣਦਾ ਹੈ ਨਾ, ਬਾਕੀ ਤੁਸੀਂ ਮਾਲਕ ਹੋ, ਤੁਹਾਡੀ ਆਗਿਆ ਚੱਲਣੀ ਹੈ, ਤੁਹਾਡੇ ਹੱਥ ਵਸ ਹੈ, ਜੋ ਵੀ ਤੁਸੀਂ ਚਾਹੋ ਉਹੀ ਕਰ ਸਕਦੇ ਹੋ। ਜਥਾ ਹਿਰਦੇ ਰੁਚ ਤਥਾ ਕਰੰਤੇ, ਜਿਵੇਂ ਤੁਹਾਡੇ ਹਿਰਦੇ 'ਚ ਰੁਚੀ ਹੋਵੇ, ਜਿਵੇਂ ਸਤਿਗੁਰੂ ਤੁਹਾਡਾ ਆਪਣਾ ਗੁਰਮਤਾ ਹੋਵੇ, ਆਪਣਾ ਫੁਰਨਾ ਹੋਵੇ, ਉਹੋ ਹੀ ਤੁਸੀਂ ਰਚ ਸਕਦੇ, ਉਹੀ ਕੰਮ ਕਰ ਸਕਦੇ ਹੋ। ਚਾਹੋ ਤਾਂ ਜੰਗ ਛੇੜ ਦਿਓ, ਚਾਹੋ ਤਾਂ ਮਹਾਰਾਜ ਏਦਾਂ ਹੀ ਸਮਾਂ ਲੰਘਾ ਦੇ, ਤੁਹਾਡੀ ਮਰਜ਼ੀ ਏ। ਸਭ ਹਨ ਸਿਰ ਮੋਰ ਮਹੰਤੇ, ਕਿਉਂਕਿ ਤੁਸੀਂ ਸਾਰਿਆਂ ਤੋਂ ਸਿਰਮੋਰ ਤੇ ਮਹੰਤ ਹੋ, ਭਾਵ ਕੇ ਸਾਡੇ ਪੂਜਨੀਕ ਹੋ। ਪਰ ਬਿਰਤ ਰਹਿਓ ਬਿਰਤਾਂਤ, ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਹਰਿ ਸਾਹਿਬ ਤੇ ਸਿੱਖ ਸੰਗਤ ਬੇਦੀ ਗੁਰੂ ਹਰਿ ਸਾਹਿਬ ਜੀ ਦਾ ਸਪੁੱਤਰ ਬਾਬਾ ਰਾਮ ਰਾਏ ਇਹ ਚੱਲ ਕੇ ਆ ਗਿਆ ਗੁਰਾਂ ਦੇ ਹਜ਼ੂਰ। ਸਹਿਜ ਸੁਭਾਏ ਕ ਬੈਠੋ ਆਏ, ਤੇ ਰਾਮ ਰਾਏ ਜੀ ਆਏ, ਸਹਿਜ ਸੁਭਾਈ ਆਇਓ ਰਾਮ ਰਾਏ। ਰਾਮ ਰਾਏ ਬੜ ਤਾਤ ਵੱਡਾ ਪੁੱਤਰ ਰਾਮ ਰਾਏ ਗੁਰੂ ਹਰਿ ਸਾਹਿਬ ਦਾ ਜਦੋਂ ਆਇਆ ਤੇ ਸਹਿਜ ਸੁਭਾਏ ਕ ਬੈਠੋ ਆਏ,
सहज सुभा हुंदा भी सुते सुधी वेख के भी की गल्लां चल रही कि महाराज कह रहे ने कि ये बाकी सारिया संगतां कह रही ने ये वेखण वास्ते सहज सुभाई आके बिच बैठ गया राम राय देखत दृष्ट चलाए चार सफेरे वेख्या ने जदों बाबे राम राय ने ते वेख करके दृष्टि फेर करके भयो क्या होए अहलादे कहन लगा भी बड़ा ए समा सुहावना बनया है भी की अहलाद खुशी दिया गल्ला खुशी दिया तैयारियां हो रही जिवें कान मिले सब साहिब जादे क्योंकि सब सतगुरां दी बंस दे साहिबजादे कठे आन करके अज मिले ने अज अज की गल बात चलन दी है की अहलाद केड़ा खुशी दा समा है कोई बेदी ते हन पल्ले बंस गुरु नानक साहिब दी बंस दे साहिबजादे बेदियां चो आए ने गुरु अंगद साहिब दे ते हन बंस दे साहिबजादे आए ने गुरु अमरदास जी दी भल्लियां दी बंस दे साहिबजादे आन बैठे ने सोडे कठे भेजन हंस फिर सोडी जेड़े हन ओह वी सारे आगे कठे होए ने जिवें हंस मान सरोवर ते कठे होंदे आ अज तो चौहां बंसा दे साहिबजादे इवें महाराज जी दे हजूर राम राय जी कहिंदे बैठे ने इस दे विच की कारण है सारे जेड़े आ करके एक घर दे विच सतगुरां दे हजूर कठे होए मिल के बजन बलास कर रहे हो की एडा कम पै गया है सुन के बाबा राम राय दी गल सवाल नो ते बेदियां दे विचों एक साहिबजादे ने कहा उत्तर देण लई नौ रंग बादी अत तप रहे हो कहिंदे राम राय जी जिहड़ा औरंगजेब दिल्ली दा बादशाह बड़ा झगड़ालू है ओह सहार वेले तपदा सड़दा ही रहिंदा है करामात हेरन के कारण ते हुण उहने की कीता है भी गुरु घर दे विचों करामातां शक्तियां वेखणियां चाहुंदा है ते शक्तियां वेखण दे वास्ते दिल्लीपुर मैं करहे हकार पुर दिल्ली मैं करे हकारना ते दिल्ली शहर दे विच गुरु हरि साहिब जी नूं सद्या भी तुसीं आके ते सानूं इत्थे करामातां विखावो कोई द्रोही सब हिंदन को जोए जो औरंगजेब सब हिंदुआं सब सिखां दा सब दूजे धर्मां दे लोकां दा द्रोही वैरी बन बैठा है अपना दीन बधावे सोए अपना दीन इस्लाम मजहब धर्म ओनू वधाउण दीआं बेअंतां जुगतियां हर वेले रचदा है करे सबन सों तरक कनेरे ते जेड़ा भी कोई ओहदे कोलों जांदा है पहलां सद लैंदा फिर ओहदे नाल तर्क सवाल जवाब बहुते करदे हन मुल्ला काजी गन जिस हेरे मुल्लां दे काजी बहुत जिस हेरे जिदे होंदे आ बैठे होंदे ने जे कोई चलिया जावे औरंगजेब दे कोल फिर ओते सवाल किंतु परंतु कई तरह दे तर्क मुल्ला काजी लोग करदे ने करहि दलील अनेक प्रकार ते जे कोई अपना जो भी मता है अपना जो भी मर्यादा उसनू दसे ते बड़िया दलीला करके बहुत सवाल उठा उठा के अनेकां तरह दे नाल सभा शकल दुष्टन एक सार सारी दुष्टा दी सभा बादशाह दे समेत 1400 जेड़े विद्वान बैठे होंदे आ काजी मलाने होंदे आ जेड़ा ओहदी सभा विच चलिया जावे उन्हां नूं दलीलां दे दे के सवाल जवाब कर करके झूठा साबित करना चाहुंदे ने कोज मद अब जाए दिखावे ते हुण उत्थे आपां नूं वी इत्थे कीर्तपुर साहिब तों सद्या है बेदियां दा साहिबजादा दसदा है राम राय नूं ते हुण इह मता इह चल रिहा है वी कोई इहनां सारिआं विचों जावे ते जा करके औरंगजेब नूं गुरु नानक देव जी दे घर दा प्रताप कोई शक्ति कोई तेज विखावे ते अपनी शक्ति दे नाल उस दुष्ट नूं दबाउणा करे जिवें ओह हर एक नूं मखौल करदा हर एक दे नाल धक्का करदा है एहो जिहा कोई जावे इत्थे विचार ये हो रही है भी जिहड़ा औरंगजेब ते अपना प्रभाव पा लवे जीतै सभा करावे मौन अदे जिन्नी भी औरंगजेब दे समेत सभा है जिन्ने भी 1400 विद्वाना समेत ओहदे को काजी मुलाने ने
ਉਹਨਾਂ ਸਾਰਿਆਂ ਨੂੰ ਇਹੋ ਜਿਹੀ ਕਰਾਮਾਤ ਇਹੋ ਜਿਹੀ ਦਲੀਲਬਾਜ਼ੀ ਦੇ ਨਾਲ ਜਵਾਬ ਦੇਵੇ। ਜੀਤੈ ਸਭਾ ਵੀ ਉਹ ਤੁਰਕਾਂ ਦੀ ਸਭਾ ਨੂੰ ਜਿੱਤ ਕੇ ਸਭ ਦੇ ਮੂੰਹ ਨੂੰ ਦੰਦਲਾਂ ਪਵਾ ਕੇ ਚੁੱਪ ਕਰਾ ਦੇਵੇ। ਵਿਚਾਰਤ ਹੋਏ ਸੋ ਕੌਣ, ਇਹ ਵਿਚਾਰਾਂ ਬੇਦੀਆਂ ਦੇ ਸਾਹਿਬਜ਼ਾਦੇ ਨੇ ਕਿਹਾ ਰਾਮ ਰਾਏ ਜੀ ਅਸੀਂ ਕਰ ਰਹੇ ਹਾਂ। ਇੱਥੇ ਸਲਾਹ ਇਹੀ ਚੱਲ ਰਹੀਆਂ ਨੇ ਕਿ ਕਿਹੜਾ ਇਹੋ ਜਿਹਾ ਹੈ ਜਿਹੜਾ ਜਾ ਕੇ ਔਰੰਗਜ਼ੇਬ ਨੂੰ ਜਿੱਤ ਲਵੇ, ਸਭਾ ਨੂੰ ਜਿੱਤ ਲਵੇ। ਇਸੇ ਲਈ ਸਾਰੇ ਇਕੱਠੇ ਹੋਏ ਹਾਂ ਅਤੇ ਵਿਚਾਰ ਰਹੇ ਹਾਂ ਵੀ ਹੁਣ ਜਾਵੇ ਕਿਹੜਾ ਉਸ ਪਾਪੀ ਦੁਸ਼ਟ ਅੱਗੇ, ਉਹਦੇ ਲਿਹਾਜ਼ ਕਿਸੇ ਦਾ ਨਹੀਂ ਕਰਦਾ। ਸ਼੍ਰੀ ਰਾਮ ਰਾਏ ਤਬ ਕਹਿਓ, ਸੁਣ ਕਰਕੇ ਗੱਲ ਬੇਦੀਆਂ ਦੇ ਸਾਹਿਬਜ਼ਾਦੇ ਕੋ ਬਾਬਾ ਰਾਮ ਰਾਏ ਕਹਿਣ ਲੱਗੇ, ਕਿਉਂ ਨਾ ਜਾਓ ਜੈ ਬੋ ਜਹ ਲਹਿਓ। ਕਹਿੰਦੇ ਵੀ ਫਿਰ ਐਵੇਂ ਸਲਾਹਾਂ ਕੀ ਕਰੀ ਜਾ ਰਹੇ, ਜਾਂਦੇ ਕਿਉਂ ਨਹੀਂ ਕੋਈ ਤੁਹਾਡੇ ਚੋਂ? ਜੇ ਤੁਸੀਂ ਜਾਣ ਲਿਆ ਹੈ, ਜੇ ਤੁਹਾਨੂੰ ਇਸ ਗੱਲ ਦਾ ਪਤਾ ਹੈ ਵੀ ਉੱਥੇ ਜਾ ਕੇ ਹੀ ਗੱਲ ਬਣਨੀ ਹੈ ਔਰੰਗਜ਼ੇਬ ਦੇ ਕੋਲ, ਉੱਥੇ ਜਾਣਾ ਹੀ ਪਵੇਗਾ, ਫਿਰ ਤਿਆਰ ਕਿਉਂ ਨਹੀਂ ਹੁੰਦੇ? ਕੋਈ ਜਾਂਦੇ ਕਿਉਂ ਨਹੀਂ ਉਹ ਤੁਹਾਡੇ ਚੋਂ? ਜਿਸ ਥਾਂ ਤੇ ਕੋਈ ਬਿਨਾਂ ਬਚਨ ਬਿਲਾਸ ਕੀਤੇ ਆ, ਕੋਈ ਬਿਨਾਂ ਆਪਣੀ ਅਜ਼ਮਤ ਆਪਣੀ ਸਿਆਣਪ ਵਿਖਾਇਆ ਬਣ ਨਹੀਂ ਆਉਣੀ। ਭਾਵ ਕੇ ਜੇ ਦਿੱਲੀ ਜਾਣ ਤੋਂ ਬਗੈਰ ਕਾਰਜ ਰਾਸ ਨਹੀਂ ਹੁੰਦਾ, ਫਿਰ ਤੁਸੀਂ ਸੋਚਦੇ ਕੀ ਪਏ ਹੋ? ਵਿਚਾਰ ਹੋ ਚੱਲਣ ਸੋ ਭਾਵੈ, ਹਾਂ ਤੁਸੀਂ ਵਿਚਾਰ ਹੀ ਕੀ ਜਾ ਰਹੇ ਹੋ? ਉੱਥੇ ਚੱਲਣਾ ਹੀ ਪਾਉਂਦਾ ਚੰਗਾ ਲੱਗਦਾ ਹੈ, ਫਿਰ ਹੋਵੋ ਕੋਈ ਨਾ ਕੋਈ ਤਿਆਰ ਤੇ ਦਿੱਲੀ ਦੇ ਵਿੱਚ ਜਾਣਾ ਕਰੋ। ਕਿਆ ਸਿਆਣਪ ਹੋਵੇ ਸਮਾਹੀ, ਹਾਂ ਕਿਆ ਸਿਆਣਪ ਹੋਵੇ ਸਮਾਹੀ, ਇਸ ਗੱਲ ਵਿੱਚ ਕੀ ਸਿਆਣਪ ਹੋਵੇਗੀ ਜੇ ਇੱਥੇ ਸਲਾਹਾਂ ਤਾਂ ਕਰੀ ਜਾਓ ਤੇ ਪਰ ਜਾਣ ਵਾਸਤੇ ਕੋਈ ਤਿਆਰ ਨਾ ਹੋਵੇ, ਕਾਹਦੀ ਸਿਆਣਪ ਹੈ? ਜਿਉਂ ਕਿਉਂ ਕਰੇ ਮਿਟੈ ਜੋ ਨਾਹੀ, ਜੋ ਜਿਵੇਂ ਕਿਵੇਂ ਵੀ ਗੱਲਾਂ ਬਾਤਾਂ ਕਰਨ ਦੇ ਨਾਲ ਜਿਹੜੀ ਬਿਪਤਾ ਜੋ ਮੁਸੀਬਤ ਆ ਕੇ ਪਈ ਹੈ, ਰਾਮ ਰਾਏ ਜੀ ਕਹਿੰਦੇ ਜੀ ਉਹ ਮਿਟ ਨਹੀਂ ਸਕਦੀ, ਫਿਰ ਉਹ ਸਿਆਣਪਾਂ ਉਹ ਗੱਲਾਂ ਬਾਤਾਂ ਕਰਨ ਦਾ ਕੀ ਫਾਇਦਾ ਹੈ? ਜਦੋਂ ਪਤਾ ਹੈ ਵੀ ਔਰੰਗਜ਼ੇਬ ਕੋਲ ਜਾਣਾ ਹੀ ਪਊਗਾ, ਉੱਥੇ ਆਪਣਾ ਪ੍ਰਭਾਵ ਵਿਖਾਵਾਂਗੇ, ਫੇਰ ਹੀ ਗੱਲ ਸੂਤ ਆਉਣੀ, ਕੰਮ ਰਾਸ ਹੋਣਾ ਏ। ਤਾਂ ਇੱਥੇ ਸਲਾਹਾਂ ਸਿਆਣਪਾਂ ਘੋਟਣ ਦੇ ਨਾਲ ਫਿਰ ਕੀ ਫਾਇਦਾ ਏ? ਅੱਜ ਤੋਂ ਰਾਮ ਰਾਏ ਸਾਹਿਬ ਜੀ ਦੇ ਸਿਆਣਪ ਭਰੇ ਬਚਨ ਸਾਰਿਆਂ ਨੇ ਸੁਣਨਾ ਕੀਤੇ, ਸਾਰਿਆਂ ਦਾ ਧਿਆਨ ਇਕਦਮ ਗੁਰੂ ਸਾਹਿਬ ਵੱਲੋਂ ਹਟ ਕੇ ਪਹਿਲਾਂ ਮਹਾਰਾਜ ਵੱਲ ਵੇਖ ਰਹੇ ਸੀ, ਰਾਮ ਰਾਏ ਵੱਲ ਹੋਇਆ। ਸਭ ਦੇ ਨੇਤਰਾਂ 'ਚ ਚੰਚਲ ਤਈ ਆਈ, ਇਕਦਮ ਬਾਬਾ ਰਾਮ ਰਾਏ ਸਾਹਿਬ ਦੇ ਮੁਖ ਵੱਲ ਵੇਖਣ ਲੱਗ ਪਏ। ਤੇ ਸਾਰੇ ਇੱਕ ਸੁਰ ਹੋ ਕੇ ਕਹਿਣ ਲੱਗੇ, ਰਾਮ ਰਾਏ ਜੀ ਜੇ ਇੱਦਾਂ ਦਾ ਤੁਹਾਡੇ ਅੰਦਰ ਧੀਰਜ ਹੈ, ਭਾਵ ਜੇ ਇੱਦਾਂ ਦਾ ਤੁਹਾਡੇ ਅੰਦਰ ਹੌਂਸਲਾ ਹੈ ਵੀ ਦਿੱਲੀ ਵਿੱਚ ਜਾਣ ਦੀ ਗੱਲ ਤੁਸੀਂ ਕਹਿ ਰਹੇ ਹੋ, ਫਿਰ ਤੁਸੀਂ ਆਪ ਹੀ ਤਿਆਰੀ ਕਰੋ। ਜੇ ਇੰਨੇ ਸਿਆਣੇ ਹੋ ਤੁਸੀਂ ਕਿਉਂ ਨਹੀਂ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਦਿੱਲੀ ਵਿੱਚ ਜਾਂਦੇ? ਜਾ ਕਰਕੇ ਜਿਹੜਾ ਦੁਸ਼ਟ ਔਰੰਗਜ਼ੇਬ ਹੈ ਉਹਦੇ ਹੰਕਾਰ ਨੂੰ ਭੰਨ ਦੇ, ਉਹਦੇ ਤੇ ਪ੍ਰਭਾਵ ਪਾ ਕੇ ਦੱਬ ਲਓ ਉਹਨੂੰ ਆਪਣੇ ਥੱਲੇ। ਹੁਣ ਸਾਡੇ ਸਾਰਿਆਂ ਦੇ ਤਾਂ ਤੁਸੀਂ ਸਹਾਈ ਹੋਵੋ, ਸਾਡੇ ਤੇ ਜਾਣ ਦੀ ਸਮਰੱਥਾ ਤਾਂ ਹੈ ਨਹੀਂ ਕਿਸੇ 'ਚ। ਗੁਰੂ ਸਾਹਿਬ ਕਹਿੰਦੇ ਅਸੀਂ ਦੁਸ਼ਟ ਦੇ ਮੱਥੇ ਨਹੀਂ ਲੱਗਣਾ, ਇਸ ਕਰਕੇ ਹੁਣ ਸਾਡੇ ਸਹਾਈ ਹੋਵੋ, ਤੁਸੀਂ ਜਾਣਾ ਕਰੋ। ਹੁਣ ਹੋਰ ਵਿਚਾਰ ਕਰਨ ਦੀ ਤਾਂ ਲੋੜ ਹੀ ਕੋਈ ਨਹੀਂ ਹੈ, ਤੁਸੀਂ ਇੰਨੇ ਸਿਆਣੇ ਵਜਨ ਕਰ ਰਹੇ ਹੋ, ਤੁਹਾਨੂੰ ਹੀ ਅਸੀਂ ਦਿੱਲੀ ਜਾਣ ਵਾਸਤੇ ਕਹਿੰਦੇ ਹਾਂ। ਜੇ ਇਹ ਕਾਰਜ ਤੁਹਾਡੇ ਤੋਂ ਹੀ ਸਰ ਜਾਵੇ, ਔਰੰਗਜ਼ੇਬ ਦਾ ਹੰਕਾਰ ਤੋੜ ਕੇ ਉਹਦੀ ਸਭਾ ਨੂੰ ਤੁਸੀਂ ਜਿੱਤ ਲਵੋ, ਸਾਰਿਆਂ ਵੇਕਰਾਂ ਦੇ ਚੁੱਪ ਕਰਾ ਦੇਵੋ, ਫਿਰ ਵੇਖੋ ਗੁਰੂ ਹਰ ਸਾਹਿਬ ਮਹਾਰਾਜ ਸਤਵੇਂ ਪਾਤਸ਼ਾਹ ਦੇ ਤੁਸੀਂ ਵੱਡੇ ਪੁੱਤਰ ਹੋ, ਭਾਂਤ ਕੇ ਲਾਇਕ ਹੇਰੇ, ਤੇ ਵੇਖਣ ਵਿੱਚ ਤੁਸੀਂ ਸਭ ਤਰ੍ਹਾਂ ਕਰਕੇ ਸਮਰੱਥ ਹੋ, ਸਿਆਣਪ ਵੀ ਤੁਹਾਡੇ ਵਿੱਚ, ਚਤੁਰਾਈ ਵੀ ਬਹੁਤ ਚੰਗੀ ਹੈ, ਤੇ ਇਹ ਵੀ ਕੋਈ ਨਵੀਂ ਗੱਲ ਨਹੀਂ ਹੈ ਜਿਹੜੀ ਤੁਸੀਂ ਜਾ ਕਰਕੇ ਦਿੱਲੀ ਦੇ ਵਿੱਚ ਕਰਨੀ ਹੈ। ਤੁਮ ਸਮ ਕਰਤ ਰਹਿਤ ਨਹਿ ਸ਼ਾਨੋ, ਤੁਮ ਸਮ ਕਰਤ ਰਹਿਤ ਨਹਿ ਸ਼ਾਨੋ। ਮਹਾਰਾਜ ਸਾਹਿਬ ਗੁਰੂ ਹਰ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਹੋ, ਸਿਆਣੇ ਹੋ, ਤੁਹਾਡੇ ਬਰਾਬਰ ਹੋਰ ਕੋਈ ਕੁਝ ਨਹੀਂ ਕਰ ਸਕਦਾ, ਰਹਿਤ ਨਹਿ ਸ਼ਾਨੋ, ਤੇ ਨਾ ਹੀ ਤੁਹਾਡੇ ਤੋਂ ਬਗੈਰ ਕੋਈ
ਇਹ ਕਾਰਜ ਵਿੱਚ ਫਤਿਹ ਹਾਸਲ ਕਰੇਗਾ, ਇਹ ਕੋਈ ਗੱਲ ਛੁਪੀ ਹੋਈ ਨਹੀਂ ਹੈ, ਗੁਪਤ ਨਹੀਂ ਹੈ। ਜਦੋਂ ਰਾਮ ਰਾਏ ਜੀ ਨੂੰ ਇਸ ਤਰ੍ਹਾਂ ਕਿਹਾ, ਬੇਦੀ ਤ੍ਰੇਹਣ ਸੋਢੀ ਭੱਲਿਆਂ ਦੇ ਸਾਹਿਬਜ਼ਾਦਿਆਂ ਨੇ, ਅਤੇ ਰਾਮ ਰਾਏ ਜੀ ਦੇ ਪਿਤਾ ਸਤਿਗੁਰੂ ਹਰਿ ਸਾਹਿਬ ਅਤੇ ਉਹਨਾਂ ਦੇ ਸਮੇਤ ਜਿੰਨੀ ਵੀ ਸਭਾ ਬੈਠੀ ਹੋਈ ਸੀ, ਸਾਰਿਆਂ ਦੀ ਸਲਾਹ ਰਲ ਗਈ। ਗੁਰੂ ਹਰਿ ਸਾਹਿਬ ਜੀ ਵੀ ਕਹਿੰਦੇ ਵੀ ਇਹੀ ਯੋਗ ਹੈ, ਜੇ ਤੁਸੀਂ ਕੋਈ ਨਹੀਂ ਜਾ ਸਕਦੇ ਤਾਂ ਰਾਮ ਰਾਏ ਨੂੰ ਹੀ ਭੇਜ ਦਿੰਦੇ। ਇੱਕ ਵਿਚਾਰ ਹੋ ਗਈ, ਮੁਝ ਕੋ ਹੀ ਚਾਹਤ ਹੈ ਭੇਜਾ, ਤੇ ਰਾਮ ਰਾਏ ਜੀ ਕਹਿਣ ਲੱਗੇ ਵੀ ਠੀਕ ਹੈ, ਜੇ ਪਿਤਾ ਜੀ ਦੇ ਸਮੇਤ ਤੁਸੀਂ ਸਾਰਿਆਂ ਦੇ ਇੱਕ ਵਿਚਾਰ ਬਣਾਈ ਲਈ ਹੈ, ਜੇ ਤੁਸੀਂ ਚਾਹੁੰਦੇ ਹੀ ਹੋ ਮੈਨੂੰ ਦਿੱਲੀ ਦੇ ਵਿੱਚ ਭੇਜਣਾ, ਤੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦਾ ਤੇਜ ਪ੍ਰਤਾਪ ਹੰਕਾਰ ਜੇ ਤੁਸੀਂ ਨੱਪਣਾ ਦੱਬਣਾ ਚਾਹੁੰਦੇ ਹੋ। ਰਾਮ ਰਾਏ ਨੇ ਕਹੇ, ਇਹ ਸਾਰੀ ਗੱਲ ਜਾਣ ਕੇ ਸ੍ਰੀ ਰਾਮ ਰਾਏ ਜੀ ਕਹਿਣ ਲੱਗੇ, ਜੇ ਤੁਹਾਡਾ ਸਭ ਦਾ ਮਤਾ ਇੱਕ ਹੋ ਗਿਆ ਹੈ, ਗੁਰੂ ਸਾਹਿਬ ਵੀ ਇਹੀ ਚਾਹੁੰਦੇ ਨੇ, ਬਾਕੀ ਸਿੱਖ ਸੰਗਤ ਵੀ ਇਹੀ ਚਾਹੁੰਦੀ ਹੈ, ਤਾਂ ਜਾਏ ਜੋ ਕਰਬ ਦਿਖਾਵਣ, ਵੀ ਉੱਥੇ ਜਾ ਕੇ ਜੋ ਵੀ ਕਰਨ ਵਾਲੀਆਂ ਗੱਲਾਂ, ਜੋ ਵੀ ਕੋਈ ਕਰਤਬ ਵਿਖਾਉਣੇ ਹਨ, ਉਹ ਮੈਂ ਜਾ ਕੇ ਕਰਨ ਨੂੰ ਤਿਆਰ ਹਾਂ। ਪਰ ਸਭ ਤੋਂ ਪਹਿਲਾਂ ਮੇਰੀ ਬੇਨਤੀ ਇਹ ਹੈ ਵੀ ਗੁਰੂ ਹਰਿ ਸਾਹਿਬ ਕਿਰਪਾ ਕਰ ਦੇਣ, ਕਿਉਂਕਿ ਮੈਂ ਤਾਂ ਇੰਨਾ ਯੋਗਾ ਨਹੀਂ ਹਾਂ, ਜੇ ਪਿਤਾ ਸਤਿਗੁਰੂ ਜੀ ਕਰਾਮਾਤਾਂ ਸ਼ਕਤੀਆਂ ਮੇਰੇ ਮਨ ਦੇ ਵਿੱਚ ਪਾ ਦੇਣ, ਭਾਵ ਮੇਰੇ ਅੰਦਰ ਸ਼ਕਤੀ ਭਰ ਦੇਣ, ਤਾਂ ਜੋ ਵੀ ਕਰਨ ਵਾਲੇ ਕਾਰਜ ਨੇ ਉਹ ਮੈਂ ਦਿੱਲੀ ਵਿੱਚ ਜਾ ਕੇ ਕਰ ਦਿਆਂਗਾ, ਔਰੰਗਜ਼ੇਬ ਦੀ ਸਭਾ ਨੂੰ ਜਿੱਤ ਲਵਾਂਗਾ। ਸਤਿਗੁਰ ਪਿਤਾ ਪ੍ਰਸੀਦਨ ਹੋਏ, ਗੁਰੂ ਹਰਿ ਸਾਹਿਬ ਪਿਤਾ ਸਤਿਗੁਰੂ ਜੀ ਮੇਰੇ ਦੇ ਪ੍ਰਸੰਨ ਹੋ ਕਰਕੇ ਖੁਸ਼ ਹੋ ਕੇ ਜੇ ਮੈਨੂੰ ਭੇਜਣ ਦੇ ਯੋਗ ਬਣਾ ਦੇਣ, ਕਿਉਂਕਿ ਜੇ ਸਤਿਗੁਰੂ ਦੇ ਵਾਸੀ ਹੈ ਨਾ ਸਭ ਕੁਝ, ਤੇ ਜੇ ਗੁਰੂ ਹਰਿ ਸਾਹਿਬ ਪਿਤਾ ਜੀ ਮੈਨੂੰ ਉੱਥੇ ਕੁਝ ਨਾ ਕੁਝ ਕੌਤਕ ਬਿਲਾਸ ਕਰਨ ਦੇ ਯੋਗ ਕਰ ਦੇਣ, ਮੇਰੇ ਵਿੱਚ ਸਮਰੱਥਾ ਤਾਕਤ ਭਰ ਦੇਣ, ਤਾਂ ਫਿਰ ਮੈਂ ਤੁਹਾਡੀ ਸਾਰਿਆਂ ਦੀ ਆਗਿਆ ਲੈ ਕਰਕੇ ਮੈਂ ਦਿੱਲੀ ਜਾਣ ਨੂੰ ਰਾਮ ਰਾਏ ਜੀ ਕਹਿੰਦੇ ਤਿਆਰ ਹਾਂ, ਤੇ ਸਾਰੇ ਉਹ ਕਾਰਜ ਕਰ ਦਿਆਂਗਾ, ਬਸ ਤੁਹਾਡੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਚਾਹੀਦੀ ਏ। ਰਾਮ ਰਾਏ ਜੀ ਕਹਿੰਦੇ ਕਿਉਂਕਿ ਸਿਆਣੇ ਉਹ ਸਾਰੇ, ਤੁਸੀਂ ਇਹ ਆਪਣੇ ਹਿਰਦੇ ਦੇ ਵਿੱਚ ਚੰਗੀ ਤਰ੍ਹਾਂ ਵਿਚਾਰ ਕਰਕੇ, ਚੰਗੀ ਤਰ੍ਹਾਂ ਤੁਸੀਂ ਧਿਆਨ ਕਰਕੇ ਅਜ਼ਮਤ ਕੀ ਕਾਰ ਵੇਖ ਲਓ, ਵੀ ਦਿੱਲੀ ਵਿੱਚ ਸ਼ਕਤੀ ਦਾ ਹੀ ਕੰਮ ਹੈ, ਉੱਥੇ ਤਾਂ ਕਰਾਮਾਤ ਹੀ ਕੰਮ ਆਊਗੀ, ਦਿੱਲੀ ਵਿੱਚ ਹੋਰ ਕੋਈ ਦਲੀਲ ਬਾਜੀ, ਹੋਰ ਕੋਈ ਸਿਆਣਪ, ਹੋਰ ਕੋਈ ਜੁਗਤੀ ਨਹੀਂ ਚੱਲਣੀ। ਧਰਮ ਦਰੋਹ ਤੁਰਕਾਂ ਮੈਂ ਜਾਣਾ, ਕਿਉਂਕਿ ਧਰਮ ਦੇ ਵੈਰੀ ਤੁਰਕਾਂ ਦੇ ਵਿੱਚ ਜਿਹੜਾ ਜਾਣਾ, ਜੋ ਆਪਣੇ ਧਰਮ ਤੋਂ ਇਲਾਵਾ ਹਰ ਇੱਕ ਦੀ ਹੇਠੀ ਕਰਦੇ ਨੇ, ਹਰ ਇੱਕ ਨੂੰ ਨੀਵਾਂ ਵਿਖਾਉਂਦੇ ਹਨ, ਉੱਥੇ ਜਾ ਕਰਕੇ ਰਹਿਣਾ ਕੁਝ ਛੁਪਿਆ ਨਹੀਂ ਹੈ, ਵੀ ਕਿੰਨਾ ਔਖਾ ਹੈ, ਵੀ ਇੱਕ ਤਾਂ ਤੁਰਕ ਔਰੰਗਜ਼ੇਬ ਨੀਚ, ਫਿਰ ਉਹਦੀ ਸਭਾ ਨੀਚ, ਫਿਰ ਦੂਜੇ ਦੇ ਧਰਮ ਨੂੰ ਵੇਖ ਕੇ ਉਹ ਜਰਦੇ ਨਹੀਂ ਹੈ, ਅਤੇ ਤੁਸੀਂ ਆਪ ਸਾਰੇ ਸਿਆਣੇ ਹੋ। ਰਾਮ ਰਾਏ ਜੀ ਕਹਿੰਦੇ ਸ਼ਕਤੀ ਤੋਂ ਬਣਾਉਣੀ ਉੱਥੇ ਗੱਲ ਬਣਨੀ, ਉੱਥੇ ਕਰਾਮਾਤਾਂ ਦੀ ਲੋੜ ਹੈ, ਸਾਰੇ ਹੀ ਵੇਖ ਲਵੋ। ਤੁਰਕ ਪਤ ਜੈਸੀ ਬਾਤ, ਇੱਕ ਵਾਰ ਗੁਰੂ ਹਰਿ ਸਾਹਿਬ ਮੇਰੇ 'ਤੇ ਕਿਰਪਾ ਕਰ ਦੇਣ, ਫਿਰ ਉੱਥੇ ਔਰੰਗਜ਼ੇਬ ਬਾਦਸ਼ਾਹ ਜਿਹੋ ਜਿਹੀ ਵੀ ਗੱਲ ਬਣਾਉਣ ਲਈ ਕਹੇਗਾ, ਮੈਂ ਪ੍ਰਗਟੀ ਉਹ ਗੱਲ ਬਣਾ ਕਰਕੇ ਵਿਖਾ ਦਿਆਂਗਾ, ਉਹੀ ਕੰਮ ਕਰਕੇ ਉੱਥੇ ਵਿਖਾ ਦੇਵਾਂਗਾ। ਇਸ ਕਰਕੇ ਜੇ ਮੇਰੇ 'ਚ ਕੋਈ ਸ਼ਕਤੀ ਕੋਈ ਕਰਾਮਾਤ ਹੋਊਗੀ, ਤਾਂ ਔਰੰਗਜ਼ੇਬ ਦੇ ਕੋਲ ਜਾਣਾ ਠੀਕ ਹੈ, ਉਹਦੇ ਨਾਲ ਫਿਰ ਤਾਂ ਮੁਕਾਬਲਾ ਬਣ ਆਉਂਦਾ ਏ, ਨਹੀਂ ਤਾਂ ਉਹਦੇ ਨਾਲ ਬਦਰੰਗ ਬੇਰਸੀ ਹੋਵੇਗੀ ਨਾ, ਜੋ ਕਹੇਗਾ ਮੈਂ ਉਹੀ ਉਹ ਸ਼ਕਤੀ ਨਾਲ ਕਰਕੇ ਵਿਖਾ ਦਾਂਗਾ, ਫਿਰ ਉਹਦੇ ਨਾਲ ਬਣੀ ਰਹੇਗੀ, ਨਹੀਂ ਤੇ ਬੇਰਸੀ ਲੜਾਈ ਝਗੜਾ ਹੋਵੇਗਾ। ਸ੍ਰੀ ਰਾਮ ਰਾਏ ਜੋ ਕਹਿਓ, ਜਦੋਂ ਸ੍ਰੀ ਰਾਮ ਰਾਏ ਜੀ ਨੇ ਇਹ ਗੱਲ ਕਹੀ ਤਾਂ ਸੁਣ ਕਰਕੇ ਸਭ ਸਰਾਇਓ ਲਾ
ਸਾਰਿਆਂ ਨੇ ਸ਼ਾਬਾਸ਼ ਸ਼ਾਬਾਸ਼ ਕਹਿ ਕੇ ਸਲਾਹਿਆ ਵੀ ਬਿਲਕੁਲ ਠੀਕ ਗੱਲ ਰਾਮ ਰਾਏ ਜੀ ਕਰ ਰਹੇ ਹੋ ਤੇ ਲਾਇਕ ਜਾਣਿਆ ਵੀ ਇਹੀ ਲਾਇਕ ਨੇ ਦਿੱਲੀ ਜਾਣ ਦੇ। ਇਹਨੇ ਉਚਿਤ ਗੱਲ ਕਹੀ ਹੈ ਵੀ ਬਿਲਕੁਲ ਉੱਥੇ ਸਵਾਲਾਂ ਜਵਾਬਾਂ ਨਾਲ ਦਲੀਲ ਬਾਜ਼ੀਆਂ ਨਾਲ ਨਹੀਂ ਗੱਲ ਬਣਨੀ। ਪਾਪੀ ਦੁਸ਼ਟ ਹੈ ਉਹਦਾ ਅਣਹੋਈਆਂ ਗੱਲਾਂ ਕਰਨ ਵਾਸਤੇ ਵੀ ਕਵੇਗਾ, ਉਹ ਦਲੀਲਾਂ ਨਾਲ ਥੋੜ੍ਹਾ ਕੰਮ ਹੋ ਜਾਏਗਾ, ਉਹ ਪੜ੍ਹਾਈ ਵਿੱਦਿਆ ਨਾਲ ਨਹੀਂ, ਉਹ ਤਾਂ ਸ਼ਕਤੀ ਨਾਲ ਹੀ ਹੋਵੇਗਾ। ਇਹ ਬਿਲਕੁਲ ਗੱਲ ਠੀਕ ਹੈ। ਹਾਂ, ਸ਼ਕਤੀ ਤੋਂ ਬਗੈਰ ਕਿਸ ਢੰਗ ਦੇ ਨਾਲ ਉੱਥੇ ਜਾ ਕੇ ਕਾਰਜ ਰਾਸ ਹੋ ਸਕਦਾ, ਨਹੀਂ ਹੋਵੇਗਾ। ਸੁਨਤ ਪ੍ਰਸਿੱਧੇ ਪਿਤਾ ਗੁਰ ਰਾਮ ਰਾਏ ਦੇ ਐਸੇ ਦਲੇਰੀ ਤੇ ਬਵਾਕੀ ਭਰੇ ਬੋਲ ਸੁਣ ਕੇ ਗੁਰੂ ਹਰ ਰਾਏ ਸਾਹਿਬ ਆਪਣੇ ਪੁੱਤਰ ਤੇ ਖੁਸ਼ ਹੋਏ। ਦਿੱਲੀ ਜਾਣ ਦਾ ਕੰਮ ਤੇ ਸਮਾਂ ਵੇਖ ਕੇ ਵੀ ਸਮਾਂ ਵੀ ਹੈ, ਕਾਰਜ ਕਰਨਾ ਵੀ ਹੈ ਤੇ ਰਾਮ ਰਾਏ ਯੋਗ ਵੀ ਹੈ। ਮਹਾਰਾਜ ਕਹਿੰਦੇ ਹੇ ਪੁੱਤਰ ਰਾਮ ਰਾਏ, ਜੇ ਤੂੰ ਸ਼ਕਤੀਆਂ ਲੈਣਾ ਚਾਹੁੰਦਾ ਹੈ ਤਾਂ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵਿੱਚ ਬੇਅੰਤ ਸ਼ਕਤੀਆਂ ਨੇ, ਉਹ ਵੀ ਤੈਨੂੰ ਬਖਸ਼ ਦਿੰਦੇ ਹਾਂ। ਐਸੀ ਗੁਰੂ ਨਾਨਕ ਦੇ ਘਰ ਦੀ ਸ਼ਕਤੀ ਹੈ ਜਿਹਨੂੰ ਕੋਈ ਵੀ ਵੱਡੇ ਤੋਂ ਵੱਡਾ ਕਰਾਮਾਤੀ ਪੁਰਖ ਵੀ ਟਾਲ ਨਹੀਂ ਸਕਦਾ। ਜੋ ਵਜਨ ਕਹੇਗਾ ਉਹ ਵਜਨ ਕੋਈ ਰੋਗ ਮੋੜ ਨਹੀਂ ਸਕਦਾ। ਗੁਰੂ ਹਰ ਰਾਏ ਸਾਹਿਬ ਜੀ ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਦੀ ਮਿਹਰ ਹੋਵੇ ਤੇਰੀ ਜ਼ਬਾਨ ਤੇ ਤੇਰੀ ਰਸਨਾ ਦੇ ਅਸੀਂ ਵਸਾਂਗੇ। ਭਾਵ ਜੋ ਜ਼ਬਾਨ ਤੋਂ ਵਚਨ ਕਹੇਗਾ ਪੂਰਾ ਹੋਵੇਗਾ, ਗੁਰੂ ਨਾਨਕ ਦੀ ਕਿਰਪਾ ਤੇਰੀ ਜ਼ਬਾਨ ਤੇ ਰਸਨਾ ਤੇ ਵਸੇਗੀ। ਜੋ ਤਿਸ ਤੇ ਹੋਏ ਬਾਕ ਪ੍ਰਕਾਸ਼ਾ, ਤੇ ਗੁਰੂ ਹਰ ਰਾਏ ਸਾਹਿਬ ਕਹਿੰਦੇ ਪੁੱਤਰ ਰਾਮ ਰਾਏ, ਜੋ ਤੇਰੀ ਰਸਨਾ ਤੋਂ ਵਚਨ ਪ੍ਰਗਟ ਹੋਇਆ, ਜੋ ਤੂੰ ਆਪਣੇ ਮੁਖੋਂ ਬੋਲ ਕੇ ਕਹੇਗਾ, ਉਹ ਤੇਰੇ ਕਹਿਣ ਦੇ ਉਲਟ ਗੱਲ ਕਦੀ ਵੀ ਨਹੀਂ ਹੋਵੇਗੀ। ਜੋ ਕਹੇਗਾ ਉਹੀ ਹੋਵੇਗਾ, ਉਲਟਾ ਕੰਮ ਨਹੀਂ ਹੋਵੇਗਾ। ਅਨੰਥਾ ਹੁੰਦਾ ਵੀ ਹੋਰ ਗੱਲ, ਉਲਟ ਗੱਲ ਨਹੀਂ ਹੋਵੇਗੀ ਜੋ ਕਹੇਗਾ। ਉਸੇ ਵੇਲੇ ਤੇਰੇ ਮੁਖੋਂ ਕਿਹਾ ਹੋਇਆ ਵਚਨ ਸਫਲਾ ਹੋਏਗਾ, ਕਦੀ ਵੀ ਤੇਰਾ ਵਚਨ ਵਿਅਰਥ ਨਹੀਂ ਜਾਵੇਗਾ। ਅਛਰਾ ਹੋਏ ਥਿਰਾ ਜਸ ਕਹੇ, ਜਿਹੜੀ ਅਛਰਾ ਭਾਵ ਕਿ ਇੱਕ ਥਾਂ ਤੇ ਰਹਿਣ ਵਾਲੀ ਕੋਈ ਵਸਤੂ ਹੈ, ਜਿਵੇਂ ਪੱਥਰ ਦਰਖਤ ਆਦਿ ਕਿਸੇ ਥਾਂ ਰਹਿੰਦੇ ਨੇ ਨਾ, ਤੇ ਜੇ ਇਹਨਾਂ ਨੂੰ ਤੂੰ ਚੱਲਣ ਵਾਸਤੇ ਕਹਿ ਦੇਵੇਂਗਾ ਰਾਮ ਰਾਏ, ਤਾਂ ਗੁਰੂ ਹਰ ਰਾਏ ਸਾਹਿਬ ਜੀ ਕਹਿੰਦੇ ਵੀ ਇਹ ਖਲੋਤੀਆਂ ਚੀਜ਼ਾਂ ਇੱਕ ਥਾਂ ਰਹਿਣ ਵਾਲੀਆਂ ਵੀ ਚੱਲਣ ਵਾਲੀਆਂ ਬਣ ਜਾਣਗੀਆਂ। ਤੇ ਜਿਹੜੀਆਂ ਚੀਜ਼ਾਂ ਚੱਲਣ ਵਾਲੀਆਂ ਨੇ, ਜਿਵੇਂ ਨਦੀਆਂ ਦੇ ਨਾਲਿਆਂ ਦੇ ਪ੍ਰਵਾਹ ਚੱਲਦੇ ਨੇ, ਹਵਾ ਵਗਦੀ ਹੈ, ਇਹ ਚੱਲਣ ਵਾਲੀਆਂ ਚੀਜ਼ਾਂ ਜਿੰਨੀਆਂ ਵੀ ਨੇ, ਜੇ ਤੂੰ ਕਹਿ ਜਾਵੇਂ ਵੀ ਸਭ ਟਿਕ ਜਾਣ ਤਾਂ ਇਹ ਸਾਰੀਆਂ ਇੱਕ ਥਾਂ 'ਤੇ ਠਹਿਰ ਜਾਣਗੀਆਂ। ਭਾਵ ਇਹ ਹੈ ਵੀ ਇੱਕ ਥਾਂ ਠਹਿਰੀਆਂ ਚੀਜ਼ਾਂ ਤੇਰੇ ਕਹਿਣ ਮਾਤਰ ਨਾਲ ਹੀ ਤੁਰਨ ਲੱਗ ਪੈਣਗੀਆਂ, ਅਤੇ ਸਦਾ ਚੱਲਣ ਵਾਲੀਆਂ ਚੀਜ਼ਾਂ ਜਿਹੜੀਆਂ ਨੇ ਚੰਚਲਤਾਈ ਵਿੱਚ ਰਹਿਣ ਵਾਲੀਆਂ, ਉਹ ਇੱਕ ਥਾਂ 'ਤੇ ਟਿਕ ਜਾਣਗੀਆਂ ਜੇ ਤੂੰ ਚਾਹੇ ਤਾਂ। ਅਤੇ ਜੋ ਨੇਤੀ ਕਹਿੰਦੇ ਵੀ ਭਰੇ ਰਹਿੰਦੇ ਹਨ, ਜਿਵੇਂ ਸਰੋਵਰ ਜਿਹੜੇ ਖਾਲੀ ਨਹੀਂ ਹੁੰਦੇ, ਜੋ ਨਿਤ ਭਰਿਓ ਰਹੇ ਨਹਿਰ ਤੈ, ਕਦੀ ਖਾਲੀ ਨਹੀਂ ਹੁੰਦੇ, ਜਿਵੇਂ ਖੂਹਾਂ ਦਾ ਪਾਣੀ ਸੋਮੇ ਪੁਰਾਣੇ ਸਮਿਆਂ 'ਚ ਮੁੱਕਦੇ ਹੀ ਨਹੀਂ ਸਨ, ਜਿਵੇਂ ਪਹਾੜਾਂ ਤੋਂ ਉਤਰਦੇ ਸੋਮੇ, ਇਹ ਚੀਜ਼ਾਂ ਤੁਰੀਆਂ ਹੀ ਜਾਂਦੀਆਂ ਹਨ। ਤੇ ਜੇ ਤੂੰ ਆਪਣੇ ਚਿੱਤ ਦੇ ਵਿੱਚ ਚਾਹੇ ਵੀ ਇਹ ਜੋ ਭਰਿਆ ਹੋਇਆ ਹੈ ਇਹ ਖਾਲੀ ਹੋ ਜਾਵੇ, ਤਾਂ ਤੇਰੇ ਜਰਾ ਪਰ ਦੇਖਣ ਨਾਲ ਹੀ, ਬੋਲਣ ਦੀ ਲੋੜ ਨਹੀਂ, ਮਨ 'ਚ ਸੋਚ ਤੇ ਉੱਧਰ ਵੇਖ, ਉਸੇ ਵੇਲੇ ਉਹ ਸਭ ਸਰੋਵਰ ਪਾਣੀ ਦਾ ਖਾਲੀ ਹੋ ਜਾਵੇਗਾ। ਤੇ ਜਿੱਥੇ ਮ੍ਰਿਗ ਤ੍ਰਿਸ਼ਨਾ ਦਾ ਪਾਣੀ ਹੁੰਦਾ, ਭਾਵ ਰੇਤਾ ਸੂਰਜ ਦੀਆਂ ਲਿਸ਼ਕਾਂ ਕਰਕੇ ਪਾਣੀ ਵਾਂਗੂ ਲੱਗਦੀ ਹੈ ਪਰ ਪਾਣੀ ਹੁੰਦਾ ਨਹੀਂ ਹੈ, ਤੇ ਗੁਰੂ ਹਰ ਸਾਹਿਬ ਜੀ ਕਹਿੰਦੇ ਜੇ ਰੇਤਲੇ ਥਾਂ ਦੇ ਉੱਤੇ
जिथे जल नहीं है जिथे रेत ही रेत है रेगिस्तान विच जलत गंभीर जे तू वजन करे ता वो रेगिस्तान मारू छल दे विच वड्डे तो डूंगा वड्डे तो वड्डा समुंदर प्रगट कर देवेगा श्री नानक सतगुर समरथ क्योंकि धन गुरु नानक देव महाराज परमेश्वर रूप जगत दे मालक समरथ ने सारिया शक्तियां दे मालक ने गुरु नानक देव साहिब दे हाथ वस विच ने सब शक्तन के शक्त स्वरूप जिन्हिया भी दुनिया दे विच शक्तियां करामाता ताकता ने उन्हां सब शक्तियां दा स्वरूप गुरु नानक देव महाराज जी प्रगट होए ने जिवें कहिंदे 16 शक्तियां वाला संपूर्ण अवतार हुंदा है पर गुरु हर साहिब सच्चे पातशाह जी कहिंदे जिवें बाणी दा वचन है 16 है कलह संपूर्ण फलिया जिहदे कोलों 16 शक्तियां आउण उहनूं कहिंदे भी संपूर्ण अवतार है पर इधर अंत कला होए ठाकुर चढ़िया अन अंती बेअंती शक्तियां लैके ठाकुर गुरु नानक साहिब आए ने इस करके सब शक्तियां दा स्वरूप ने गुरु नानक देव साहिब जिन्हां सतगुरां ने साध संगत जिथे भी लोड़ पई हंकारियां दे हंकार भन्नण दे वास्ते उत्थे महाराज साहिब जी ने जे मक्के नूं घुमाउण दी लोड़ पई मक्का घुमा दित्ता जिथे तब दे तेल दे कड़ाहे ठंडे हो गए जिथे महाराज ने वली कधारी वर्गियां दे हंकार नूं तोड़न दे लई डिगदा पत्थर पंजे नाल रोक दित्ता पानी दा सारा सोमा उहदा खिच लिया बेअंती ऐसे महाराज ने कौतक कीते बगदाद दे लोकां पीर दे कहण दे पत्थर मारे उहनां दे हथ जुड़े दे जुड़े रह गए ऐसे शक्तियां दे मालक गुरु नानक देव साहिब शक्ति दा ही रूप होके आए ने जिनके अचरज चरित्र जिन्हां दे चरित्र बड़े ही महाराज साहिब कहिंदे अचरज ते अनोप उपमा तों रहत ही हन उपमा तो रहत शक्तियां गुरु नानक साहिब जी ने विखाइया ने भाई मरदाने नूं भेडू बनाउण वालियां बीबियां जिहड़ियां सन उहनां दी सज़ा देण दे लई उहनां नूं कुत्तियां आदक दा रूप दे विच लिया दित्ता ਉਹ ਇਸ ਤਰ੍ਹਾਂ ਦੀਆਂ ਵੀ ਮਹਾਰਾਜ ਨੇ ਸ਼ਕਤੀਆਂ ਵਰਤਾਈਆਂ ਵੱਡੇ ਵੱਡੇ ਸਿੱਧ ਲੋਕ ਉਹ ਲੁਕ ਗਏ ਸੀ ਕਹਿੰਦੇ ਮਹਾਰਾਜ ਸਾਨੂੰ ਲੱਭੋ ਸ਼ਕਤੀਆਂ ਦੇ ਬਲ ਨਾਲ ਲੁਕੇ ਕੰਨੋਂ ਫੜ ਫੜ ਕੇ ਮਹਾਰਾਜ ਜਿੱਥੇ ਵੀ ਉਹ ਗੁੱਠਾਂ ਦੇ ਵਿੱਚ ਵਿੱਛਾਂ 'ਚ ਵੜੇ ਸੀ ਗੁਰੂ ਨਾਨਕ ਦੇਵ ਮਹਾਰਾਜ ਨੇ ਕੰਨੋਂ ਫੜ ਫੜ ਕੇ ਬਾਹਰ ਲਿਆਂਦੇ ਸੋ ਇਸ ਤਰ੍ਹਾਂ ਜਿਨ੍ਹਾਂ ਦੇ ਕੌਤਕ ਜੇ ਕਹੀਏ ਗੁਰੂ ਨਾਨਕ ਸਾਹਿਬ ਦੇ ਅਨੂਪਮੇ ਉਪਮਾ ਤੋਂ ਰਹਿਤ ਨੇ ਉਹਨਾਂ ਵਰਗਾ ਕੋਈ ਹੋਰ ਚੋਜ ਨਹੀਂ ਕਰ ਸਕਿਆ ਸਭ ਬ੍ਰਹਿਮੰਡ ਤਿੰਨ ਕੇ ਅਨੁਸਾਰੀ ਕਰੋੜਾਂ ਹੀ ਬ੍ਰਹਿਮੰਡ ਨੇ ਤੇ ਕਰੋੜਾਂ ਬ੍ਰਹਿਮੰਡ ਸਭ ਗੁਰੂ ਹਰ ਸਾਹਿਬ ਕਹਿੰਦੇ ਰਾਮ ਰਾਏ ਨੂੰ ਵੀ ਗੁਰੂ ਨਾਨਕ ਦੇਵ ਸਾਹਿਬ ਦੀ ਆਗਿਆ 'ਚ ਚੱਲਦੇ ਨੇ ਆਇਸ ਜਹ ਕਹਿ ਕਰੇ ਨਟਾਰੀ ਜਿਸ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਗਿਆ ਸਭ ਥਾਵਾਂ 'ਤੇ ਚੱਲਦੀ ਏ ਕੋਈ ਵੀ ਉਸ ਨੂੰ ਟਾਲ ਨਹੀਂ ਸਕਦਾ ਕੋਈ ਮੋੜ ਨਹੀਂ ਸਕਦਾ ਸੋ ਤਬ ਵਚਨ ਤੇਜ ਪ੍ਰਵਿਸ਼ਾਇਓ ਸੋ ਤਬ ਵਚਨ ਤੇਜ ਪ੍ਰਵਿਸ਼ਾਇਓ ਗੁਰੂ ਹਰ ਸਾਹਿਬ ਕਹਿੰਦੇ ਉਸ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜੋ ਤੇਜ ਹੈ ਉਸ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਸ਼ਕਤੀ ਹੈ ਉਹ ਤੇਰੇ ਬਚਨਾਂ ਵਿੱਚ ਪ੍ਰਵੇਸ਼ ਕਰ ਗਈ ਹੈ ਰਾਮ ਰਾਏ ਨਿਸ਼ੰਗ ਜਥਾ ਮਨ ਭਾਇਓ ਹੁਣ ਨਿਸ਼ੰਗ ਨਿਡਰ ਹੋ ਕੇ ਜੋ ਕਹੇਗਾ ਕਰੇਗਾ ਉਹੀ ਮਨ ਭਾਉਂਦਾ ਹੋ ਜਾਵੇਗਾ ਕੌਤਕ ਕਿਸ ਕਾਰਨ ਕਰੋ ਚਾਰਨ ਹਾਂ ਕੋਈ ਵੀ ਗੱਲ ਕਿਸੇ ਵੀ ਕਾਰਨ ਕਿਸੇ ਵੀ ਖੇਡ ਨੂੰ ਬਣਾਉਣ ਲਈ ਜੇ ਮੁਖੋਂ ਕਹੇਗਾ ਉੱਚਤਾ ਨਿਚਤ ਉੱਚਾ ਉੱਚਤਾ ਅਨੁਚਿਤ ਉੱਚਾ ਵਚ ਟਾਰਨ ਭਾਵੇਂ ਉੱਚਿਤ ਹੋਵੇ ਭਾਵ ਜਿਹੜੀ ਗੱਲ ਆਮ ਹੋਣ ਵਾਲੀ ਹੋਵੇ ਅਨੁਚਿਤ ਜਿਹੜੀ ਗੱਲ ਕਦੀ ਹੋ ਹੀ ਨਾ ਸਕਦੀ ਹੋਵੇ ਉਹ ਵੀ ਹੋ ਜਾਵੇਗੀ ਉੱਚਾ ਵਚ ਟਾਰਨ ਅਤੇ ਫਿਰ ਉੱਚਾ ਨੀਵਾਂ ਕਰਨ ਵਾਲਾ ਇਹਦੇ ਉਲਟ ਜੋ ਕੁਝ ਵੀ ਕਰਨਾ ਹੈ ਉੱਚਾ ਕਰ ਦੇਣਾ ਨੀਵਾਂ ਨੀਵੇਂ ਨੂੰ ਉੱਚਾ ਜੋ ਤੂੰ ਚਾਹੇਗਾ ਉਸੇ ਤਰ੍ਹਾਂ ਹੋ ਜਾਵੇਗਾ ਗੁਰੂ ਹਰ ਸਾਹਿਬ ਜੀ ਕਹਿੰਦੇ ਜਿਸ ਛਿਨ ਕਾਲ ਸਮੇਂ ਵਿੱਚ
जिस तरह का भी मुखों वजन उच्चारण करेगा तद शेन सब तरह करके वजन सच्चा होगा, क्यों तेरे वजना दे गुरु नानक साहब जी दे शक्ति गुरु नानक साहब का प्रताप वसेगा। इस तरह गुरु हर साहब जी ने महिमा कह के इन्हें कहा जे करा माता मिल तो मैं जान नूं तैयार हाँ। सतगुरु कहिंदे जा तेनू करा माता दित्तियां तेरी रसना दे वसांगे, गुरु नानक की कृपा होगी। इस तरह महिमा कह के वड़ियाई कह के राम राय नूं अपने पुत्र नूं दसी सतगुरा चित दा उत्साह वधाउण दे लई इहदे अंदर खेड़ा वधाउण दे वास्ते सियाणा तां है ही सी, गल्लां च तां चतुर है ही सी राम राय, पर नाल अंदरों भी शक्तियां करके इन वड्डा कर दिता। फिर महाराज ने इन कुछ दृढ़ता दे वचन कहे जाण तो पहला राम राय ने सिखिया दिती समझाउणा कीता भी ये पुत्र सारा जग जानदा भी औरंगजेब बड़ा झगड़ालू बड़ा दुष्ट भैड़ी मत वाला दे भैड़े कम्मां वाला है। गुरु घर दे नाल ਤਾਂ ਉਹਦੇ ਮਨ ਵਿੱਚ ਬਹੁਤ ਹੀ ਜ਼ਿਆਦੀ ਜ਼ਹਿਰ ਭਰੀ ਹੋਈ ਹੈ, ਈਰਖਾ ਭਰੀ ਹੋਈ ਹੈ। ਕਿਸ ਪ੍ਰਸੰਗ ਤੇ ਜੇ ਕਿਸ ਕਾਲਾ ਵੀ ਜਦੋਂ ਤੂੰ ਉੱਥੇ ਉਹਦੇ ਨਾਲ ਜੋ ਗੱਲਾਂ ਕਰ ਕਰ ਵਿਖਾ ਕੇ ਬਣਾਉਣੀਆਂ ਨੇ, ਜੇ ਕੋਈ ਸਾਖੀ ਚੱਲਦੇ ਸਮੇਂ ਜੇ ਕਿਸੇ ਸਮੇਂ ਉਹ ਔਰੰਗਜ਼ੇਬ ਕਹੇ ਮਨ ਦਾ ਟੇਲਾ ਦੇ ਖੋਟੇ ਸੁਭਾਅ ਵਾਲਾ ਔਰੰਗਜ਼ੇਬ ਜੇ ਕਿਤੇ ਗੁਰੂ ਨਾਨਕ ਸਾਹਿਬ ਦੀ ਕਿਸੇ ਕਰਨੀ ਤੇ ਮਹਾਰਾਜ ਦੀ ਸਾਖੀ ਤੇ ਜੇ ਕਿਸ ਸਮੇਂ ਉਹ ਕੋਈ ਪੁੱਠਾ ਸਵਾਲ ਕਰੇ, ਕੋਈ ਤਰਕ ਕਰੇ, ਕੋਈ ਉਂਗਲ ਰੱਖੇ ਆਪਣੇ ਇਸਲਾਮ ਧਰਮ ਦਾ ਹੰਕਾਰ ਕਰਕੇ ਮਨ ਵਿੱਚ ਕਹੇ ਤੇ ਉਹ ਔਰੰਗਜ਼ੇਬ ਕੋ ਮਹਾਰਾਜ ਕਹਿੰਦੇ ਅਣਬਣ ਜੀ ਗੱਲ ਜੇ ਹੈ ਪੁੱਤਰ ਰਾਮ ਰਾਏ ਤੂੰ ਕੰਨਾਂ 'ਚ ਸੁਣ ਲਵੇਂ, ਜਿਹੜੀ ਅਣਬਣ ਲੱਗੇ ਦੁਨੀਆਂ ਦੇ ਲੋਕਾਂ ਨੂੰ ਤੁਰਕ ਪਤਮਾਨ ਤੇ ਏਦਾਂ ਨਾ ਹੋਵੇ ਵੀ ਕਿਤੇ ਔਰੰਗਜ਼ੇਬ ਦਾ ਮਾਣ ਰੱਖਣ ਦੇ ਲਈ ਭਾਵ ਜੋ ਪੁੱਠੀ ਸਿੱਧੀ ਵੀ ਗੱਲ ਕਰੇ ਤੇ ਉਹਦੀ ਵੀ ਤੂੰ ਹਾਮੀ ਭਰ ਦੇਵੇਂ, ਉਹਦੇ ਅਨੁਸਾਰੀ ਹੋ ਕੇ ਨੀ ਕਹਿਣਾ। ਜਿਵੇਂ ਆਮ ਹੁੰਦਾ ਹੈ ਨਾ ਵੀ ਜਿਹੜੇ ਅਫਸਰ ਲੋਕ ਅਹੁਦੇਦਾਰ ਪਾਤਸ਼ਾਹ ਲੋਕ ਹੁੰਦੇ ਜੋ ਕਹਿਣ ਤੇ ਲਾਗੇ ਖਲੋਤੇ ਕਹਿੰਦੇ ਬਿਲਕੁਲ ਠੀਕ ਹੈ, ਉਹਨਾਂ ਕਦੀ ਨਹੀਂ ਕਹਿਣਾ ਜੀ ਇੱਦਾਂ ਨਹੀਂ ਠੀਕ ਹੈ ਤੁਸੀਂ ਗਲਤ ਕਿਹਾ ਹੈ ਜਾਂ ਸਹੀ ਕਿਹਾ, ਇੰਨੀ ਹਿੰਮਤ ਹੀ ਨਹੀਂ ਹੁੰਦੀ ਅਤੇ ਇਹਨਾਂ ਕਹਿੰਦੇ ਹੀ ਨਹੀਂ ਹੈ। ਉਹ ਗੱਲ ਇੱਥੇ ਗੁਰੂ ਹਰ ਸਾਹਿਬ ਸਮਝਾ ਰਹੇ ਰਾਮ ਰਾਏ ਨੂੰ ਵੀ ਔਰੰਗਜ਼ੇਬ ਗੁਰੂ ਘਰ ਨਾਲ ਈਰਖਾ ਰੱਖਦਾ ਹੈ, ਜੇ ਕੋਈ ਉਹ ਗਲਤ ਜੀ ਗੱਲ ਕਹੇ ਪੁੱਠੀ ਸਿੱਧੀ ਗੁਰੂ ਨਾਨਕ ਸਾਹਿਬ ਦੇ ਕਿਸੇ ਪ੍ਰਸੰਗ 'ਤੇ ਸਾਖੀ 'ਤੇ ਬਾਣੀ 'ਤੇ ਉਂਗਲ ਰੱਖੇ ਅਤੇ ਉਹਦੀ ਪੁੱਠੀ ਗੱਲ ਦੇ ਅਨੁਸਾਰੀ ਨਹੀਂ ਹੋਣਾ ਕਦੀ ਵੀ, ਜੋ ਉਹਨੇ ਕਿਹਾ ਹੈ ਉਸ ਗੱਲ ਨੂੰ ਹਾਮੀ ਨਹੀਂ ਭਰਨੀ। ਜਿਸ ਗੱਲ ਕਰਨ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਘਰ ਦੀ ਲਘੁਤਾ ਹੋਵੇ ਭਾਵ ਕਿ ਛੋਟਾ ਪਵੇ ਗੁਰੂ ਨਾਨਕ ਸਾਹਿਬ ਦਾ ਬਚਨ ਜਾਂ ਮਹਾਰਾਜ ਸਾਹਿਬ ਦਾ ਘਰ, ਉਹ ਕੰਮ ਨਹੀਂ ਪੁੱਤਰ ਤੂੰ ਕਦੀ ਵੀ ਕਰਨਾ। ਜੋ ਮਰਜ਼ੀ ਔਰੰਗਜ਼ੇਬ ਕਹੀ ਜਾਵੇ ਤੂੰ ਚੰਗੀ ਤਰ੍ਹਾਂ ਦਿਲ ਵਿੱਚ ਧੀਰਜ ਤੇ ਹੌਸਲਾ ਰੱਖਣਾ ਹੈ। ਹਾਂ ਜਥਾਰਥ ਜੋ ਸੱਚਾ ਵਚਨ ਹੈ ਉਹ ਬੇਬਾਕੀ ਦੇ ਨਾਲ ਕਹਿਣਾ ਹੈ, ਜੇ ਸੱਚੇ ਵਚਨ ਤੇ ਡਟਿਆ ਰਹੇਗਾ ਹੋਏ ਹਿਤ ਪਾਛੇ, ਪਿੱਛੋਂ ਸੱਚੀ ਗੱਲ ਕਹਿਣ ਦੇ ਨਾਲ ਤੇਰਾ ਭਲਾ ਹੀ ਹੋਵੇਗਾ, ਨੁਕਸਾਨ ਨਹੀਂ ਕੋਈ ਹੋਵੇਗਾ। ਕਿਉਂਕਿ ਤੂੰ ਧਿਆਨ ਦੇ ਲੈ ਵੀ ਤੇਰੀ ਜ਼ੁਬਾਨ ਤੋਂ ਰਸਨਾ ਤੋਂ ਜੈਸੇ ਵੀ ਬੋਲ ਨਿਕਲਣਗੇ ਉਸੇ ਤਰ੍ਹਾਂ ਹੋ ਜਾਵੇਗਾ, ਮੁੜ ਕੇ ਉਹ ਮਿਟੇਗਾ ਨਹੀਂ ਕਦੀ ਵੀ, ਜੋ ਤੂੰ ਕਹਿ ਦਿੱਤਾ ਉਹ ਬਸ ਕਹਿ ਦਿੱਤਾ ਫਿਰ ਨਹੀਂ ਮਿਟੇਗਾ। ਇਸ ਕਰਕੇ ਨਿਡਾਰ ਹੋ ਕੇ ਬਚਨ ਬਿਲਾਸ ਕਰ, ਔਰੰਗਜ਼ੇਬ ਨੂੰ ਜਵਾਬ ਦੇ, ਗੁਰੂ ਨਾਨਕ ਸਾਹਿਬ ਦਾ ਧਿਆਨ ਹਿਰਦੇ 'ਚ ਰੱਖ, ਜਸ ਪ੍ਰਾਪਤ ਹੋਏ ਹੈ ਬਿਦ ਨਾਨਾ, ਜੇ ਇੱਦਾਂ ਬਚਨ ਮੰਨੇਗਾ ਤੇ ਨਾਨਾ ਤਰ੍ਹਾਂ ਕਰਕੇ ਤੇਰਾ ਜਸ ਹੋਵੇਗਾ, ਸੰਸਾਰ ਵਿੱਚ ਤੇਰੀ ਵਡਿਆਈ ਹੋਵੇਗੀ।
अपने बल भरोस जिस नाही। क्योंकि जिन्हां लोकां नूं अपने बल ते अपनी शक्ति दे अपने हौसले दे भरोसा नहीं हुंदा, खुशामत कारज ताही। ते जिहड़ी खुशामदी करनी हुंदी ना, चापलूसी करनी, ये काम उन्हां लोकां दा जिन्हां कोई गुण नहीं है, जिन्हां दी कोई अपनी जीवन नहीं है, जिन्हां नूं अपने आप दे भरोसा नहीं। गुरु हरि साहिब कहिंदे राम राए, ये खुशामदी ये अवसर पातशाह लोगों की वो लोग करते हैं जिहड़े बिल्कुल नगले लोग होंगे है, वो चापलूसियां करते हैं, जो कह देन उन्हां दी हाँ ज हाँ भरते हैं, कभी नहीं समझाते भी इदा गलत होगा, किसी ने धक्का होगा, यहो जी सलाह तो देंदे नहीं, चापलूस लोग होंगे है। तो जिन्हां नूं अपने दे महाराज साहब कहिंदे भरोसा नहीं है, जिन्हां दे विच कोई चंगा गुण नहीं है, वह की करते है भी खुशामदी करके चापलूसी करके समा लंघा लेंदे हन। सतगुर शक्ति पर विश्वास। पर तू वेख, तू समर्थ है गुरु नानक साहब की शक्ति दे भरोसा विश्वास रखी। निशंग रहे सबहन पास। ते जो तू कहेगा गुरु नानक साहब महाराज हर तरह करके तेरे अंग संग सहाई रहनगे, तेन डरन की लोड़ नहीं है। ओनो शंक मान हो जातो। ऊना हो ना अंदर जिदे खाली होवे, ओदा शंकमान शंका कर ही लैंदा, जिदे पले आप कुछ नहीं है ओदा कहेगा ही दूसरा किवें कोई कर सकदा है, जिन्हां दा अपना जीवन नहीं, आप कोई जीवन च कमाई करके गुण कोई शक्ति कोई ताकत नहीं लई, वह कहणगे भी इदा किवें हो सकता है। जिवें कई मर्यादा परंपरावां ने ना गुरु घर दियां, कई लोग उंगलां रखदे, इदा किवें हो सकता है, आ किवें हो सकता, पंजां प्यारियां दे सिर किवें महाराज शीश किवें लै के जोड़ सकते, बाबा दीप सिंह किवें लच्छे सिर तो लड़ सकते हैं, क्योंकि अपना उन्हां दा जीवन कोई नहीं, आप कोई कमाई नहीं कीती। ते ऐसे लोग जिहड़े अंदरों ऊणे हुंदे ने, शंका भी उन्हां लोकां दी साध संगत आउंदा है। यही गल गुरु हरि साहिब जी राम राय नूं समझा रहे ने, पूरन नहि डोलत किस भांत। जिहड़ा पूरा होवे राम राय, ओह नहीं कदी भी डोलदा, भांडे खाली ही खड़कदे ने, भरे दी तां आवाज भी विच्चे ही नप जांदी ऐ। बख्शो तोहे अन टुट भंडार। इस करके तैनूं गुरु नानक साहिब दे घर दा अतुट शक्तियां दा भंडार खजाना बख्श दित्ता ऐ। खर्चन करहो न शंक विचार। इहनां दी खर्चो खर्चन करहो, भाव के जिथे लोड पवेगी इन्हां दी वरतों कर, कोई शंका नहीं करना। खर्चन करो ना शंक विचार। तीन लोग मैं आयस जिम कह, जिस तरह तिना लोकां च तू मुखों कहेगा ना, तिना लोकां च तेरी आग्या चलेगी। सुनर नाग सुनत ही हित लहे। सुर स्वर्गपुरी दे लोक, नर इस मात लोक ते नाग पतालपुरी दे, ਉਹ ਸੁਣ ਕੇ ਉਸੇ ਵੇਲੇ ਤੇਰਾ ਹਿੱਤ ਲੈਣਗੇ। ਤਿੰਨਾਂ ਲੋਕਾਂ, ਤਿੰਨਾਂ ਪਤਾਲਾਂ, ਤਿੰਨਾਂ ਲੋਕਾਂ ਦੇ ਤਾਈਂ ਜਿਹੜੇ ਜੀਵ ਨੇ, ਉਹਨਾਂ ਨੂੰ ਤੂੰ ਤਿੰਨਾਂ ਭਵਨਾਂ ਦੇ ਜੀਵਾਂ ਨੂੰ ਜੋ ਕਹੇਗਾ ਉਹ ਤੇਰੀ ਆਗਿਆ ਅਨੁਸਾਰ ਹੋ ਜਾਣਗੇ। ਦਰਸ਼ਨ ਕਰਹੀ ਤਿਸੀ ਬਿਦਿਹਾਰੇ। ਜੋ ਤੂੰ ਕਹੇਗਾ ਉਸੇ ਤਰ੍ਹਾਂ ਹੀ ਕਰਨਗੇ, ਭਾਵੇਂ ਦੇਵਤੇ ਹੈ, ਭਾਵੇਂ ਮਨੁੱਖ ਹੈ, ਭਾਵੇਂ ਹੋਰ ਜੁਨੀਆਂ ਨੇ। ਤੋਹੇ ਬਾਕ ਨਹਿ ਕੋ ਹਟਕਾਰੇ। ਤੇਰੀ ਕਹੀ ਹੋਈ ਗੱਲ ਨੂੰ ਕੋਈ ਵੀ ਰੋਕ ਨਹੀਂ ਸਕਦਾ। ਸੁਣ ਸ਼੍ਰੀ ਰਾਮ ਰਾਏ ਸੋ ਪ੍ਰਸੰਨ। ਰਾਮ ਰਾਏ ਸੁਣ ਕੇ ਗੁਰੂ ਹਰਿ ਸਾਹਿਬ ਪਿਤਾ ਸਤਿਗੁਰੂ ਦਾ ਵਜਨ ਬਹੁਤਾ ਹੀ ਖੁਸ਼ ਹੋਇਆ। ਕਹਿ ਸ਼੍ਰੀ ਨਾਨਕ ਜੀ ਧੰਨ ਧੰਨ। ਕਹਿੰਦਾ ਧੰਨ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ, ਧੰਨ ਹਨ ਸ਼ਕਤੀਆਂ ਦੇ ਮਾਲਕ। ਤਿੰਨ ਲੋਕ ਮਹਿ ਮਹਿਦ ਪ੍ਰਤਾਪ। ਤਿੰਨਾਂ ਲੋਕਾਂ ਜਿਨ੍ਹਾਂ ਦਾ ਪ੍ਰਤਾਪ ਤੇਜ ਪ੍ਰਗਟ ਹੈ। ਚਾਹੇ ਸੋ ਕਰੈ ਉਥਾਪਨ ਥਾਪ। ਤੇ ਜੋ ਗੁਰੂ ਨਾਨਕ ਸਾਹਿਬ ਜੀ ਚਾਹੁਣ ਉਹੀ ਕਰ ਸਕਦੇ ਨੇ, ਜਿਹਨੂੰ ਪੁੱਟਣਾ ਹੈ, ਜਿਹਨੂੰ ਛਾਪਣਾ ਹੈ, ਜੋ ਮਹਾਰਾਜ ਦੀ ਮਰਜ਼ੀ ਹੋਵੇ, ਕਿਸੇ ਨੂੰ ਨਾਸ਼ ਕਰ ਦੇਣ, ਕਿਸੇ ਨੂੰ ਬਣਾ ਦੇਣ, ਕਿਸੇ ਨੂੰ ਮਹਾਰਾਜ ਛਾਪ ਦੇਣ, ਕਿਸੇ ਦੀਆਂ ਜੜ੍ਹਾਂ ਹਿਲਾ ਦੇਣ, ਸੁੱਕਿਆਂ ਨੂੰ ਭਰ ਦੇਣ, ਭਰਿਆਂ ਨੂੰ ਸੁਕਾ ਦੇਣ, ਇਹ ਗੁਰੂ ਨਾਨਕ ਸਾਹਿਬ ਦਾ ਪ੍ਰਤਾਪ ਪ੍ਰਗਟੀ ਹੈ। ਇਸ ਤਰ੍ਹਾਂ ਰਾਮ ਰਾਏ ਨੇ ਗੁਰੂ ਹਰਿ ਸਾਹਿਬ ਜੀ ਦਾ ਬਚਨ ਸੁਣ ਕੇ ਅਤੇ ਬਹੁਤ ਹੀ ਸਾਧ ਸੰਗਤ ਖੁਸ਼ੀ ਮਨਾਈ ਹੈ। ਜਿਵੇਂ ਹੁਣ ਸਤਿਗੁਰਾਂ ਦਾ ਥਾਪੜਾ ਲੈ ਕੇ ਰਾਮ ਰਾਏ ਜੀ ਦਿੱਲੀ ਦੇ ਵਿੱਚ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਪਹੁੰਚਦੇ ਨੇ, ਇਹ ਸਾਖੀ ਆਪਾਂ ਆਉਣ ਵਾਲੇ ਸਮੇਂ 'ਚ ਸਰਵਣ ਕਰਾਂਗੇ। ਮਹਾਰਾਜ ਦੇ ਪਾਵਨ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਬਖਸ਼ ਦੇਣੀਆਂ,
गुरु महाराज गुरु की संगत बख्शन हारा बख्श लेना। सुन श्री राम राय सो प्रसन्न, कह श्री नानक जी धन धन, तीन लोक में महल प्रताप, चह सो कर उथापन था। वाहेगुरु जी की फतेह।